ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਕੰਪਿਊਟਰ ਦਾ ਅਗਲਾ ਪਾਰਟ, ਨੈੱਟਵਰਕ। ਠੀਕ ਹੈ, ਅੱਜ ਆਪਾਂ ਨੈੱਟਵਰਕ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਹੁਣ ਨੈੱਟਵਰਕ ਬਾਰੇ ਸਮਝਿਆ, ਦੇਖੋ ਇੰਟਰਨੈਟ ਤਾਂ ਆਪਣਾ ਕੰਪਲੀਟ ਹੋ ਚੁੱਕਿਆ ਹੈਗਾ, ਇੰਟਰਨੈਟ ਤਾਂ ਆਪਣਾ ਕੰਪਲੀਟ ਹੋ ਚੁੱਕਿਆ, ਉਹਦਾ MCQ ਆ ਉਹ ਮੈਂ ਤੁਹਾਨੂੰ ਪਾ ਦੂੰਗਾ, ਇਹ ਨਹੀਂ ਪਤਾ ਅੱਜ ਪਾ ਦਾਂ, ਇਹ ਨਹੀਂ ਪਤਾ ਕੱਲ੍ਹ ਨੂੰ ਪਾ ਦਾਂ। ਠੀਕ ਹੈ, ਅਤੇ ਤਾਂ ਕਰਕੇ ਤੁਸੀਂ ਨੈੱਟਵਰਕ ਦਾ ਚੈਪਟਰ ਲਾਓ। ਦੇਖੋ ਆਪਾਂ ਜਿਹੜੇ ਜਿਹੜੇ ਸਿਲੇਬਸ ਦੇ ਵਿੱਚ ਦਿੱਤੇ ਹੋਏ ਆ ਕੰਪਿਊਟਰ, ਆਪਾਂ ਉਹੀ ਕਵਰ ਕਰਾਂਗੇ। ਜਨਰੇਸ਼ਨ ਵਾਲਾ ਲੈਕਚਰ ਵੀ ਆਪਣਾ ਕਵਰ ਹੋ ਚੁੱਕਿਆ ਹੈਗਾ, ਜਨਰੇਸ਼ਨ ਵਾਲਾ ਪੂਰਾ ਹੋ ਚੁੱਕਿਆ ਆਪਣਾ, ਅਤੇ ਇਨਪੁੱਟ ਅਤੇ ਆਊਟਪੁੱਟ। ਇਸ ਤੋਂ ਬਾਅਦ ਆਪਾਂ ਕਰ ਲਿਆ ਸੀ ਇੰਟਰਨੈਟ। ਅੱਧੇ ਕਹਿਣਗੇ ਆਹ ਸਰ ਦਿੱਤੀ ਚੀਜ਼ ਇਹ ਬੱਚੋਂ ਬੇਸਿਕ ਦੇ ਵਿੱਚ ਆ ਜਾਂਦਾ, ਜਿੱਥੇ ਬੇਸਿਕ ਕੰਪਿਊਟਰ ਲਿਖਿਆ ਹੋਇਆ। ਇਸ ਤੋਂ ਬਾਅਦ ਆਪਾਂ ਇੰਟਰਨੈਟ ਤੋਂ ਬਾਅਦ ਆਪਾਂ ਕਰ ਲਿਆ ਨੈੱਟਵਰਕ, ਨੈੱਟਵਰਕ ਤੋਂ ਬਾਅਦ ਕਰਾਂਗੇ ਆਪਾਂ ਮੈਂਬਰੀ। ਠੀਕ ਹੈ, ਅਤੇ ਬਸ ਐਂ ਕਰਕੇ ਆਪਾਂ ਕੰਪਲੀਟ ਕਰ ਦਾਂਗੇ। ਦੇਖੋ ਇਹਦੇ 2 ਜਾਂ 3 ਲੈਕਚਰ ਲੱਗਣਗੇ ਨੈੱਟਵਰਕ ਦੇ, ਕਿਉਂਕਿ ਇਹ ਚੈਪਟਰ ਥੋੜ੍ਹਾ ਜਿਹਾ ਲੈਂਥ, ਧਿਆਨ ਨਾਲ ਸਮਝਣਾ ਪਊ ਆਪਾਂ ਨੂੰ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਲਾਈਕ ਕਰ ਦਿਉ ਭਾਈ, ਬੰਦਿਆਂ ਵਾਂਗੂ ਆਪਦੇ ਆਪ ਹੀ। ਠੀਕ ਹੈ ਜੀ, ਚਲੋ ਆ ਜਾਓ। ਨੈੱਟਵਰਕ ਕੀ ਹੁੰਦਾ ਬੱਚੋ? ਨੈੱਟਵਰਕ, 2 or more ਕੰਪਿਊਟਰ ਆਰ ਕਨੈਕਟਡ ਟੂ ਈਚ ਅਦਰ, ਇਟ ਇਜ਼ ਕਾਲਡ ਐਸ ਨੈੱਟਵਰਕ। ਜੇ 2 ਜਾਂ 2 ਤੋਂ ਕੰਪਿਊਟਰ ਆਪਸ ਵਿੱਚ ਮਿਲ ਕੇ ਇੱਕ ਨੈੱਟਵਰਕ ਬਣਾਉਂਦੇ ਹਨ ਤਾਂ ਉਹਨੂੰ ਕੀ ਕਹਿੰਦੇ ਆਪਾਂ? ਜੇ 2 ਜਾਂ 2 ਤੋਂ ਵੱਧ ਕੰਪਿਊਟਰ ਆਪਸ ਵਿੱਚ ਮਿਲਦੇ ਹਨ ਤਾਂ ਉਹਨੂੰ ਆਪਾਂ ਨੈੱਟਵਰਕ ਬਣਾਉਂਦੇ ਹਾਂ। ਠੀਕ ਹੈ, ਨੈੱਟਵਰਕ ਹੁੰਦਾ ਕੰਪਿਊਟਰ, ਨੈੱਟਵਰਕ ਤਾਂ ਹੀ ਬਣੂਗਾ ਜਿਹਦੇ 'ਚ ਇੰਟਰਨੈਟ ਦੀ ਸੇਵਾ ਉਪਲਬਧ ਹੋਊਗੀ, ਹੈ ਨਾ? ਫਿਰ ਹੀ ਆਪਾਂ ਚੀਜ਼ਾਂ ਸ਼ੇਅਰ ਕਰ ਸਕਦੇ ਇੱਕ ਦੂਜੇ ਤੱਕ, ਉਸ ਨੂੰ ਨੈੱਟਵਰਕ ਕਹਿ ਦਿੰਦੇ ਹਾਂ। ਠੀਕ ਹੈ, ਰੇਂਜ ਹੋ ਗਈ ਜਿਵੇਂ। ਇਸ ਤੋਂ ਬਾਅਦ 5 ਕੰਪੋਨੈਂਟ ਆਫ ਡਾਟਾ ਕਮਿਊਨੀਕੇਸ਼ਨ, ਡਾਟਾ ਨੂੰ ਲੈਣ ਅਤੇ ਭੇਜਣ ਲਈ 5 ਫੰਕਸ਼ਨ ਕੰਮ ਕਰਦੇ ਹਨ। ਇਹ 5 ਫੰਕਸ਼ਨ ਬੱਚੋਂ ਯਾਦ ਨਹੀਂ ਕਰਨੇ, ਸਿਰਫ ਇੱਕ ਦੇਖ ਲਓ। ਸੈਂਡਰ, ਜਿਹਨੇ ਆਪਾਂ ਚੀਜ਼ ਸੈਂਡ ਕਰ ਸਕਦੇ ਹਾਂ। ਰਿਸੀਵਰ, ਜਿਹਨੇ ਆਪਾਂ ਚੀਜ਼ ਰਿਸੀਵ ਕਰ ਸਕਦੇ ਹਾਂ। ਮੀਡੀਅਮ, ਡਾਟੇ ਦਾ ਮੀਡੀਅਮ ਕੀ ਹੋਣਾ ਚਾਹੀਦਾ ਹੈਗਾ। ਪ੍ਰੋਟੋਕੋਲ, ਪ੍ਰੋਟੋਕੋਲ 'ਤੇ ਤਾਂ ਕੰਮ ਕਰ, ਕੋਈ ਵੀ ਮੋਬਾਈਲ ਹੈ ਕੰਪਿਊਟਰ ਹੈ ਉਹ ਪ੍ਰੋਟੋਕੋਲ 'ਤੇ ਕੰਮ ਹੀ ਕਰੂਗਾ। ਪ੍ਰੋਟੋਕੋਲ ਹੁੰਦੇ ਆ IT ਇੰਟਰਨੈਟ ਪ੍ਰੋਟੋਕੋਲ ਜਾਂ TCP ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਠੀਕ ਹੈ, ਇਹ ਪ੍ਰੋਟੋਕੋਲ 'ਤੇ ਕੰਮ ਕਰਦਾ। ਪ੍ਰੋਟੋਕੋਲ ਕੀ ਹੁੰਦਾ? ਇੱਕ ਕੰਪਿਊਟਰ ਦਾ ਐਡਰੈਸ ਹੁੰਦਾ, ਇੱਕ ਨਾਮ ਹੁੰਦਾ ਕੰਪਿਊਟਰ ਦਾ। ਠੀਕ ਹੈ, ਮੈਸੇਜ, ਜਿਹੜਾ ਆਪਾਂ ਨੂੰ ਮੈਸੇਜ ਆਉਂਦਾ, ਕਿਹੜੀ ਮਤਲਬ ਕਿਹੜੀ ਟਾਈਪ ਦਾ ਮੈਸੇਜ ਹੈ। ਠੀਕ ਹੈ, ਇਹ ਯਾਦ ਕਰਨ ਦੀ ਕੋਈ ਲੋੜ ਨਹੀਂ, ਬਸ ਸਮਝ ਲਓ ਯਾਦ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਆਹ। ਡਾਟਾ ਭੇਜਣ ਦੇ ਬੱਚੋਂ ਕਈ ਰੂਪ ਹੁੰਦੇ ਹਨ, ਡਾਟਾ ਸੈਂਡ ਕਰਨ ਦੇ ਕਈ ਮੋਡ ਹੁੰਦੇ ਹਨ ਜਾਂ ਰੂਪ ਹੁੰਦੇ ਹਨ। ਕਿਹੜੇ ਕਿਹੜੇ? ਇੱਕ ਤਾਂ ਹੁੰਦਾ ਸਿੰਪਲੈਕਸ, ਇੱਕ ਹੁੰਦਾ ਹਾਫ ਡੁਪਲੈਕਸ, ਇੱਕ ਹੁੰਦਾ ਫੁੱਲ ਡੁਪਲੈਕਸ। ਇਹਦੇ ਵਿੱਚ ਓਪਰੇਸ਼ਨ 100% ਬਣੂਗਾ ਜੇ ਉਹ ਨੈੱਟਵਰਕ ਦੇ ਵਿੱਚ ਓਪਰੇਸ਼ਨ ਪਾਉਂਦੇ ਆ, ਕਿਉਂਕਿ ਟੋਪਿਕ ਦਿੱਤਾ ਹੋਇਆ ਉਹਨਾਂ ਨੇ। ਸਿੰਪਲੈਕਸ ਕੀ ਹੁੰਦਾ? ਸਿੰਪਲੈਕਸ, ਸਿੰਪਲੈਕਸ ਦੇ ਵਿੱਚ ਕੀ ਹੁੰਦਾ ਬੱਚਿਓ? ਇਹ ਜਾਂ ਤਾਂ ਭੇਜਣ ਲਈ ਵਰਤਿਆ ਜਾਂਦਾ ਹੈ ਜਾਂ ਪ੍ਰਾਪਤ ਕਰਨ ਲਈ, ਬਸ ਇਹਦੇ 'ਚ ਇੱਕ ਕੰਮ ਹੁੰਦਾ। ਸਿੰਪਲ ਹੁੰਦਾ ਸਿੰਪਲੈਕਸ ਨੈੱਟਵਰਕ, ਕਿਹੜਾ ਹੁੰਦਾ ਜਾਂ ਤਾਂ ਇਹਦੇ 'ਚ ਚੀਜ਼ ਭੇਜੀ ਜਾ ਸਕਦੀ ਹੈ ਅਤੇ ਜਾਂ ਚੀਜ਼ ਇਕੱਲੀ ਰਿਸੀਵ ਕਰੀ ਜਾ ਸਕਦੀ। ਇੱਕ ਕੰਮ ਹੋਊਗਾ ਇਹਦੇ ਵਿੱਚ, ਜਿਵੇਂ ਮੇਰੇ ਕੋਲ ਪਿਆ ਸਿੰਪਲੈਕਸ, ਮੇਰੇ ਸਿੰਪਲੈਕਸ 'ਤੇ ਜ਼ਿਆਦਾ ਚੀਜ਼ ਆਊਗੀ ਜਾਂ ਮੇਰੇ ਕੋਲ ਇੱਕ ਹੋਰ ਟਾਈਪ ਦਾ ਸਿੰਪਲੈਕਸ ਉਹ 'ਤੇ ਜ਼ਿਆਦਾ ਚੀਜ਼ ਜਾਊਗੀ। ਠੀਕ ਹੈ, ਦੋਨਾਂ 'ਤੇ ਇੱਕ ਕੰਮ ਹੋਊਗਾ, ਇੱਥੇ ਸਿੰਪਲੈਕਸ ਹੋਣਗੇ ਦੋ ਤਰ੍ਹਾਂ ਦੇ, ਪਰ ਕੰਮ ਇਹਦੇ ਇੱਕ ਹੀ ਹੋਊਗਾ, ਜਾਂ ਤਾਂ ਆਪਾਂ ਚੀਜ਼ ਭੇਜ ਸਕਦੇ ਹਾਂ ਜਾਂ ਆਪਾਂ ਚੀਜ਼ ਪ੍ਰਾਪਤ ਕਰ ਸਕਦੇ ਹਾਂ। ਇਸ ਤੋਂ ਬਾਅਦ ਆ ਗਿਆ ਹਾਫ ਡੁਪਲੈਕਸ। ਦੇਖੋ ਇਹਦੇ ਵਿੱਚ ਇੱਕ ਸਮੇਂ 'ਤੇ ਡਾਟਾ ਜਾਂ ਤਾਂ ਭੇਜਿਆ ਜਾ ਸਕਦਾ ਹੈ ਜਾਂ ਪ੍ਰਾਪਤ ਕੀਤਾ ਜਾ ਸਕਦਾ। ਇਹਦਾ ਕੰਮ ਵੀ ਸਿੰਪਲੈਕਸ ਵਰਗੇ ਆ, ਉਹਦੇ ਵਿੱਚ ਸਿਰਫ ਇੱਕ ਕੰਮ ਹੁੰਦਾ। ਇਹਦੇ ਵਿੱਚ ਕੰਮ ਤਾਂ ਦੋਨੇ ਹੋ ਜਾਂਦੇ ਆ, ਪਰ ਦੋਨੇ ਕੰਮ ਇੱਕ ਟਾਈਮ 'ਤੇ ਨਹੀਂ ਹੁੰਦੇ। ਮੰਨ ਲਓ ਜਿਹੜਾ ਹੁਣ ਆਪਾਂ ਕੋਈ ਕੰਮ ਕਰਦੇ ਹਾਂ, ਉਹ ਚੀਜ਼ ਆਪਾਂ ਕਿਸੇ ਨੂੰ ਸੈਂਡ ਕਰਤੀ, ਠੀਕ ਹੈ, ਜਦੋਂ ਤੱਕ ਉਹਦੇ ਕੋਲ ਉਹ ਚੀਜ਼ ਪਹੁੰਚਦੀ ਨਹੀਂ ਉਨਾ ਟਾਈਮ ਉਹਦੇ ਭੇਜੀ ਹੋਈ ਚੀਜ਼ ਆਪਣੇ ਕੋਲ ਆਉਂਦੀ ਨਹੀਂ। ਜਿੰਨਾ ਚਿਰ ਇੱਕ ਰਾਹ ਕਵਰ ਨਹੀਂ ਹੁੰਦਾ, ਜੇ ਦੂਜਾ ਰਾਹ ਨਹੀਂ ਖੁੱਲਦਾ। ਇਹ ਤਾਂ ਸਮਝ ਲਓ ਇੱਕ ਰਸਤਾ ਹੀ ਹੈ। ਆਹ ਦੇਖੋ ਆਹ ਗਲੀ ਹੈ, ਆਹ ਗਲੀ ਹੈ ਬੱਚੋ, ਭੀੜੀ ਗਲੀ ਹੈ। ਮੈਂ ਤਾਂ ਇੱਥੇ ਖੜਾਂਗਾ, ਇੱਕ ਬੰਦਾ ਇੱਧਰ ਖੜਾ ਹੈਗਾ, ਗਲੀ ਬਹੁਤ ਭੀੜੀ, ਇੱਕ ਬੰਦੇ ਲੰਘ ਸਕਦਾ। ਜੇ ਮੈਂ ਇੱਥੋਂ ਦੀ ਜਾਊਂਗਾ, ਠੀਕ ਹੈ, ਲੰਘੂਗਾ, ਫਿਰ ਹੀ ਦੂਜਾ ਲੰਘ ਸਕਦਾ। ਜੇ ਅਸੀਂ ਇਕੱਠੇ ਲੰਘਾਂਗੇ ਦੋਨੇ ਫਸ ਜਾਵਾਂਗੇ ਵਿਚਾਰੇ। ਠੀਕ ਹੈ ਨਾ, ਇਹ ਕਾਹਦੀ ਧਾਰਨਾ? ਇਹ ਕੀ ਹਾਫ ਡੁਪਲੈਕਸ ਦੀ? ਇਹਦੇ ਇੱਕ ਸਮੇਂ 'ਤੇ ਇੱਕ ਚੀਜ਼ ਭੇਜੀ ਜਾ ਸਕਦੀ ਹੈ ਜਾਂ ਇੱਕ ਚੀਜ਼ ਰਿਸੀਵ ਕਰੀ ਜਾ ਸਕਦੀ ਹੈ। ਇਹਦੇ ਵਿੱਚ ਸਿਰਫ ਇੱਕ ਚੀਜ਼ ਹੀ ਜਾਊਗੀ। ਠੀਕ ਹੈ, ਇਸ ਤੋਂ ਬਾਅਦ ਫੁੱਲ ਡੁਪਲੈਕਸ ਦੇ ਵਿੱਚ ਕੀ ਹੁੰਦਾ? ਫੁੱਲ ਡੁਪਲੈਕਸ ਦੇ ਵਿੱਚ ਕੀ ਹੁੰਦਾ ਬੱਚੇ? ਸੁਫੁੱਲ ਡੁਪਲੈਕਸ ਦੇ ਵਿੱਚ ਇਹ ਹੁੰਦਾ ਕਿ ਦੋਨੇ ਕੰਮ ਇੱਕ ਸਮੇਂ 'ਤੇ ਕੀਤੇ ਜਾ ਸਕਦੇ ਹਨ। ਤੁਸੀਂ ਇਕੱਠੀ ਭੇਜ ਸਕਦੇ ਹੋ, ਇਕੱਠੀ ਕੋਈ ਚੀਜ਼ ਰਿਸੀਵ ਕਰ ਸਕਦੇ, ਜਿਵੇਂ ਅੱਜ ਦੇ ਆਪਣੇ ਮੋਬਾਈਲ ਆ, ਇੱਕ ਪਾਸੇ ਤਾਂ ਆਪਾਂ ਚੀਜ਼ ਸੈਂਡ ਕਰੀ ਜਾਂਦੇ ਹੁੰਦੇ, ਇੱਕ ਪਾਸੇ ਆਪਾਂ ਚੈਟ ਕਰੀ ਜਾਂਦੇ ਹੁੰਦੇ ਹਾਂ, ਸਾਰੇ ਕੰਮ ਇੱਕ ਸਮੇਂ 'ਤੇ ਹੋ ਜਾਂਦੇ ਆ, ਉਹ ਫੁੱਲ ਡੁਪਲੈਕਸ ਦੇ ਵਿੱਚ ਹੁੰਦੇ ਆ। ਹਾਫ ਡੁਪਲੈਕਸ ਦੇ ਵਿੱਚ ਕੀ ਹੁੰਦਾ? ਦੋਨੇ ਚੀਜ਼ਾਂ ਇੱਕ ਸਮੇਂ 'ਤੇ ਨਹੀਂ ਸੈਂਡ ਕੀਤੀਆਂ ਜਾ ਸਕਦੀਆਂ। ਸਿੰਪਲ ਡੁਪਲੈਕਸ ਦੇ ਵਿੱਚ ਕੀ ਹੁੰਦਾ? ਚੀਜ਼ ਜਾਂ ਤਾਂ ਇਕੱਲੀ ਪ੍ਰਾਪਤ ਭੇਜੀ ਜਾ ਸਕਦੀ ਹੈ ਤਾਂ ਜਾਂ ਚੀਜ਼ ਇਕੱਲੀ ਲੈਤੀ ਜਾ ਸਕਦੀ ਹੈ। ਠੀਕ ਹੈ, ਇਸ ਤੋਂ ਬਾਅਦ ਨੈੱਟਵਰਕ ਰਾਹੀਂ ਜੋ ਡਾਟਾ ਭੇਜਿਆ ਜਾਂਦਾ ਹੈ ਉਹ ਟਰਾਂਸਮਿਸ਼ਨ ਦੁਆਰਾ ਭੇਜਿਆ ਜਾਂਦਾ ਹੈ। ਦੇਖੋ ਨੈੱਟਵਰਕ ਰਾਹੀਂ ਜਿਹੜਾ ਡਾਟਾ ਆਪਾਂ ਸੈਂਡ ਭੇਜਦੇ ਹਾਂ ਕਿਸੇ ਨੂੰ, ਠੀਕ ਹੈ, ਅਤੇ ਉਹ ਡਾਟਾ ਕਦੇ ਦੁਆਰਾ ਭੇਜਿਆ ਜਾਂਦਾ? ਟਰਾਂਸਮਿਸ਼ਨ ਦੁਆਰਾ ਬੱਚੋ ਉਹ ਡਾਟਾ ਭੇਜਿਆ ਜਾਂਦਾ ਹੈਗਾ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ, ਇਹਦੇ 2 ਟਰਾਂਸਮਿਸ਼ਨਾਂ ਕੰਮ ਕਰਦੇ ਹਾਂ। ਪ੍ਰਸ਼ਨ ਪੁੱਛਦੇ ਹਾਂ ਕਿ ਨੈੱਟਵਰਕ ਦੇ ਵਿੱਚ ਕਿੰਨੀਆਂ ਟਰਾਂਸਮਿਸ਼ਨ ਕੰਮ ਕਰਦੀਆਂ ਹੈਗੀਆਂ, ਕਿੰਨੀਆਂ ਮਤਲਬ ਕਿੰਨੀਆਂ ਤਰ੍ਹਾਂ ਦੇ ਨਾਲ ਡਾਟਾ
ਨੈੱਟਵਰਕ ਰਾਹੀਂ ਡਾਟਾ ਭੇਜਿਆ ਜਾਂਦਾ, ਦੋ ਦੋ ਟਰਾਂਸਮਿਸ਼ਨ ਰਾਹੀਂ ਭੇਜਿਆ ਜਾਂਦਾ, ਇੱਕ ਹੁੰਦੀ ਹੈ ਸੀਰੀਅਲ, ਇੱਕ ਹੁੰਦੀ ਹੈ ਪੈਰਲਲ। ਇਹ ਯਾਦ ਰੱਖਣੇ ਬੱਚੋ, ਦੋਨੇ ਕਰੀਬੀ ਰਿਪਰੇਸ਼ਨ ਇਹ ਆ ਜਾਂਦਾ, ਨੈੱਟਵਰਕ ਜਿਹੜੇ ਡਾਟਾ ਦਾ ਭੇਜਿਆ ਜਾਂਦਾ ਉਹ ਟਰਾਂਸਮਿਸ਼ਨ ਕਿਹੜੀਆਂ ਕਿਹੜੀਆਂ ਹਨ, ਜਾਂ ਆ ਜਾਂਦਾ ਟਰਾਂਸਮਿਸ਼ਨ ਨੇਮ ਦੇ ਦਿੰਦੇ, ਇੱਕ ਅਲੱਗ ਤੋਂ ਨੇਮ ਦੇ ਦੇਣਗੇ। ਦੇਖੋ ਜਿਹੜੀ ਸੀਰੀਅਲ ਟਰਾਂਸਮਿਸ਼ਨ ਹੁੰਦੀ ਹੈ, ਇਸ ਵਿੱਚ ਇੱਕ ਸਮੇਂ ਇੱਕ ਬੈਟਰੀ ਡਾਟਾ ਸੈਂਡ ਕੀਤਾ ਜਾਂਦਾ, ਜਿਵੇਂ ਆਹ ਕੰਪਿਊਟਰ ਆ ਵੀ ਕੰਪਿਊਟਰ, ਆਪਾਂ ਡਾਟਾ ਸੈਂਡ ਕੀਤਾ ਸਿਰਫ ਇੱਕ ਬੈਟਰੀ ਡਾਟਾ ਜਾਊਗਾ, ਓਨਲੀ ਇੱਕ ਬਿੱਟ, ਬਹੁਤ ਘੱਟ ਮਾਤਰਾ 'ਚ ਜਾਊਗਾ। ਅਤੇ ਜਿਹੜੀ ਹੋ ਗਈ ਪੈਰਲਲ, ਭਾਈ ਪੈਰਲਲ ਅੱਜ ਦੇ ਟਾਈਮ 'ਚ ਜ਼ਿਆਦਾ ਵਰਤੀ ਜਾਂਦੀ, ਇਸ ਵਿੱਚ ਗਰੁੱਪ ਆਫ ਬਿਟਸ ਡਾਟਾ ਭੇਜਿਆ ਜਾਊਗਾ, ਕਿ ਮਤਲਬ ਜਿੰਨੇ ਵੀ ਜਿੰਨਾ ਵੀ ਬਿਟਸ ਡਾਟਾ ਪਿਆ ਇਕੱਠੀ ਭੇਜਿਆ ਜਾਊਗਾ ਇੱਕ ਵਾਰੀ 'ਚ, ਇਹ ਸਿਰਫ ਇੱਕ ਬਿੱਟ ਡਾਟਾ ਭੇਜਿਆ ਜਾਊਗਾ। ਕਹਿੰਦਾ ਮਤਲਬ ਕਿ ਆਪਣੇ ਕੋਲ 12 ਦਰਜਨ ਕੇਲੇ ਹੈ, 12 ਦਰਜਨ ਨਹੀਂ, 1 ਦਰਜਨ ਕੇਲੇ ਆ, ਜੋ 12 ਕੇਲੇ ਆ ਗਏ 1 ਦਰਜਨ 'ਚ, ਠੀਕ ਹੈ। ਸੀਰੀ ਟਰਾਂਸਮਿਸ਼ਨ ਦੇ ਹਿਸਾਬ 'ਤੇ ਆਪਾਂ ਸਿਰਫ ਕਿਸੇ ਨੂੰ ਕੇਲੇ ਮੰਗਿਆ, ਮੂਹਰਲਾ ਬੰਦਾ ਬੈਠਾ ਉਹਨੇ ਕੇਲੇ ਲੈਣੇ, ਇੱਧਰੋਂ ਆਪਾਂ ਖੜੇ ਹਾਂ, ਆਪਾਂ ਕਿਹੜੇ ਸੀਰੀਅਲ ਟਰਾਂਸਮਿਸ਼ਨ ਦੁਆਰਾ ਦੇ ਰਹੇ ਹਾਂ ਆਪਾਂ ਨੂੰ ਕੇਲੇ, ਤਾਂ ਪਹਿਲਾਂ ਆਪਾਂ ਨੂੰ 1 ਕਿੱਲਾ ਦੇਵਾਂਗੇ, ਫਿਰ 2 ਕਿੱਲੇ ਦੇਵਾਂਗੇ, ਫਿਰ ਤੀਜਾ ਕਿੱਲਾ ਦੇਵਾਂਗੇ, ਕੱਲਾ ਦੇਵਾਂਗੇ ਆਪਾਂ ਸੀਰੀਅਲ ਦੇ ਵਿੱਚ। ਅਤੇ ਜੇ ਆਪਣੇ ਕੋਲ ਪੈਰਲਲ ਟਰਾਂਸਮਿਸ਼ਨ ਹੈ ਤਾਂ ਆਪਾਂ ਨੂੰ ਇਕੱਠੀ ਇਕੱਠੀ ਦਰਜਨ ਹੀ ਸੈਂਡ ਕਰ ਦਾਂਗੇ, ਵੀ ਆਹ ਚੱਕ, ਠੀਕ ਹੈ। ਤਾਂ ਪੁੱਛ ਲੈਂਦੇ ਗਰੁੱਪ ਆਫ ਬਿਟਸ ਟਰਾਂਸਮਿਸ਼ਨ ਕਿਹੜੀ ਹੈ ਅਤੇ ਇੱਕ ਬਿੱਟ ਵਾਲੀ ਕਿਹੜੀ ਹੈ, ਜੇ ਪੁੱਛਣਗੇ ਦੋਨਾਂ 'ਚੋਂ ਕਿਹੜੀ ਟਰਾਂਸਮਿਸ਼ਨ ਫਸਟ ਕੰਮ ਕਰਦੀ ਹੈ, ਠੀਕ ਹੈ। ਪ੍ਰਸ਼ਨ ਉਹ ਪੇਪਰ 'ਤੇ ਡਿਪੈਂਡ ਕਰਦਾ ਕਿ ਪੇਪਰ ਪ੍ਰਸ਼ਨ ਉਹਨੇ ਕਿਹੜੇ ਹਿਸਾਬ 'ਤੇ ਪੁੱਛਣਾ ਗਾ, ਓਕੇ। ਇਸ ਤੋਂ ਬਾਅਦ ਆ ਕੇ ਨੈੱਟਵਰਕ ਕਿੰਨੇ ਤਰ੍ਹਾਂ ਦੇ ਹੁੰਦੇ ਆ, ਆਹ ਪ੍ਰਸ਼ਨ ਯਾਦ ਕਰ ਲਓ ਬੱਚੋ, ਨੈੱਟਵਰਕ ਆਰ ਮੈਨੀ ਟਾਈਪ, ਨੈੱਟਵਰਕ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ, ਕਿੰਨੇ ਕਿੰਨੇ ਨੈੱਟਵਰਕ ਆ ਦੇਖੋ, ਠੀਕ ਹੈ ਜੀ। ਅਤੇ ਇੱਕ ਮੈਨੂੰ ਪਤਾ ਕਿ ਅੱਧੀ ਬੱਚੋ ਨਾਲ ਸਮਝ ਨਹੀਂ ਆਈ, ਆਹ ਚੀਜ਼ ਤੁਹਾਨੂੰ ਦੁਬਾਰੇ ਸਮਝਾ ਦਿੰਦਾ, ਦੇਖੋ ਸਿੰਪਲੈਕਸ ਅਤੇ ਡੁਪਲੈਕਸ, ਕਿਉਂਕਿ ਇਹ ਜਿਹੜਾ ਮੇਨ ਚੀਜ਼ ਜਿਹੜੀ ਪ੍ਰਸ਼ਨ ਬਣਨੀ ਹੈ ਬੱਚੋ, ਦੁਬਾਰੇ ਫੇਰ ਸਮਝ ਲਓ। ਸਿੰਪਲੈਕਸ ਉਹ ਹੁੰਦਾ ਜਿਹਦੇ ਵਿੱਚ ਵਨ ਡਾਇਰੈਕਸ਼ਨ ਡਾਟਾ ਹੋਊਗਾ, ਠੀਕ ਹੈ, ਜਿਹਦੇ ਵਿੱਚ ਸਿਰਫ ਵਨ ਡਾਇਰੈਕਸ਼ਨ ਡਾਟਾ ਹੋਊਗਾ। ਵਨ ਡਾਇਰੈਕਸ਼ਨ ਦਾ ਮਤਲਬ ਕੀ ਹੁੰਦਾ ਗਾ, ਕਿ ਇੱਕ ਹੀ ਚੀਜ਼ ਹੋਊਗੀ ਉਹਦੇ ਵਿੱਚ ਸਿੰਪਲੈਕਸ ਦੇ ਵਿੱਚ, ਜਾਂ ਤਾਂ ਆਪਾਂ ਚੀਜ਼ ਸੈਂਡ ਕਰ ਸਕਾਂਗੇ ਜਾਂ ਚੀਜ਼ ਉਹਦੇ 'ਚੋਂ ਰਿਸੀਵ ਕਰ ਸਕਾਂਗੇ। ਇਹ ਗੱਲ ਯਾਦ ਰੱਖਣਗੇ, ਜੇ ਡਾਟਾ ਵਨ ਡਾਇਰੈਕਸ਼ਨ ਹੀ ਹੋਊਗਾ, ਟੂ ਡਾਇਰੈਕਸ਼ਨ ਕਦੇ ਨਹੀਂ ਕੰਮ ਕਰੂਗੀ। ਜਿਹੜਾ ਹਾਫ ਡੁਪਲੈਕਸ ਆ, ਇਹਦੇ ਵਿੱਚ ਕੰਮ ਤਾਂ ਦੋਨੇ ਇਕੱਠੇ ਹੋਣਗੇ, ਭੇਜਣ ਦਾ ਵੀ ਹੋਊਗਾ ਇਹਦੇ ਵਿੱਚ, ਸੈਂਡਰ ਪਲੱਸ ਕੋਈ ਚੀਜ਼ ਆਪਾਂ ਲੈਣੀ ਹੈ, ਰਿਸੀਵਰ ਰਿਸੀਵ ਕਰਨੀ ਹੈ ਕੋਈ ਚੀਜ਼, ਠੀਕ ਹੈ, ਪ੍ਰਾਪਤ ਕਰਨੀ ਹੈ। ਕੰਮ ਤਾਂ ਜੇ ਦੋਨੇ ਹੋਣਗੇ, ਪਰ ਦੋਨੇ ਕੰਮ ਇਹ ਸੇਮ ਟਾਈਮ 'ਤੇ ਨਹੀਂ ਹੋਣਗੇ, ਇਹ ਦੋਨੇ ਕੰਮ ਕਿਹੜੇ ਕਿਹੜੇ ਟਾਈਮ 'ਤੇ ਹੋਣਗੇ, ਅਲੱਗ ਅਲੱਗ ਟਾਈਮ 'ਤੇ ਹੋਣਗੇ। ਕਿ ਜਾਂ ਤਾਂ ਆਪਾਂ ਇੱਕ ਟਾਈਮ, ਹੁਣ ਮੰਨ ਲਓ ਜਿਵੇਂ ਤੁਹਾਨੂੰ ਗਲੀ ਵਾਲੀ ਉਦਾਹਰਨ ਦਿੱਤੀ ਕਿ ਇੱਕ ਚੀਜ਼ ਜਾਊਗੀ ਫਿਰ ਹੀ ਦੂਸਰੀ ਚੀਜ਼ ਆਊਗੀ। ਜਿਹੜਾ ਫੁੱਲ ਡੁਪਲੈਕਸ ਹੈ, ਇਹਦੇ ਵਿੱਚ ਇਕੱਠੀ ਕੁਛ ਵੀ ਕਰ ਸਕਦੇ, ਇਕੱਠੀ ਲੈਣ ਦੇਣ ਕਰ ਸਕਦੇ ਆਪਾਂ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਸੀਰੀਅਲ ਤੁਹਾਨੂੰ ਦੱਸਤਾ ਵੀ ਸੀਰੀਅਲ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਸੀਰੀਅਲ ਟਰਾਂਸਮਿਸ਼ਨ ਦੇ ਵਿੱਚ ਸਿਰਫ ਆਪਾਂ 1 ਬਿੱਟ ਡਾਟਾ ਭੇਜ ਸਕਦੇ ਹਾਂ ਅਤੇ ਪੈਰਲਲ ਦੇ ਵਿੱਚ ਗਰੁੱਪ ਆਫ ਬਿਟਸ ਭੇਜ ਸਕਦੇ ਹਾਂ। ਬਿਟਸ ਨਾ ਇੱਕ ਐਗਜ਼ਾਮਪਲ ਹੈਗੀ, ਕਾਹਦੀ ਐਗਜ਼ਾਮਪਲ ਹੈ, ਇੱਕ ਮੈਂਬਰੀ ਦੀ, ਇਹ ਤੁਹਾਨੂੰ ਕਰਵਾ ਦਿੰਦਾ ਮੈਂ ਐਂਡ 'ਤੇ। ਨੈੱਟਵਰਕ ਆਰ ਮੈਨੀ ਟਾਈਪ, ਨੈੱਟਵਰਕ ਆਰ ਮੈਨੀ ਟਾਈਪ, ਨੈੱਟਵਰਕ ਬਹੁਤ ਤਰ੍ਹਾਂ ਦੇ ਹੁੰਦੇ। ਦੇਖੋ ਆਹ ਜਿਹੜੇ ਨੈੱਟਵਰਕ ਦਿੱਤੇ ਹੋਏ ਨਾ, ਇਹਨਾਂ ਦੀਆਂ ਫੁੱਲ ਫਾਰਮਾਂ ਯਾਦ ਹੋਣੀਆਂ ਚਾਹੀਦੀਆਂ ਨਾਲ ਤੁਹਾਡੇ, ਫੁੱਲ ਫਾਰਮਾਂ, ਠੀਕ ਹੈ। ਜਿਵੇਂ ਲੈਨ ਨੂੰ ਕੀ ਕਹਿੰਦੇ ਆ, ਲੋਕਲੀ ਦੇ ਨੈੱਟਵਰਕ, ਬੈਨ ਨੂੰ ਕੀ ਕਹਿੰਦੇ ਆ, ਵਾਈਡ ਏਰੀਆ ਨੈੱਟਵਰਕ, ਮੈਨ ਨੂੰ ਕੀ ਕਹਿੰਦੇ ਆ, ਮੈਟਰੋਪੋਲੀਟਨ ਏਰੀਆ ਨੈੱਟਵਰਕ, ਪੈਨ ਨੂੰ ਕਹਿੰਦੇ ਆ, ਪਰਸਨਲ ਏਰੀਆ ਨੈੱਟਵਰਕ, ਕੈਨ ਨੂੰ ਕਹਿੰਦੇ ਆ, ਕੈਂਪਸ ਏਰੀਆ ਨੈੱਟਵਰਕ, ਅਤੇ ਬੀ ਪੀ ਐਨ ਨੂੰ ਕਹਿੰਦੇ ਆ, ਵਰਚੁਅਲ ਏਰੀਆ ਨੈੱਟਵਰਕ, ਸੈਨ ਨੂੰ ਕੀ ਕਹਿੰਦੇ ਆ, ਸਟੋਰੇਜ ਏਰੀਆ ਨੈੱਟਵਰਕ। ਬੀ ਪੀ ਐਨ ਆਪਾਂ ਆਮ ਹੀ ਦੇਖਦੇ ਹੁੰਦੇ ਹਾਂ, ਹੁਣ ਕਈ ਵਾਰੀ ਕੋਈ ਸਰਕਾਰ ਅੱਧੀਆਂ ਸਾਈਟਾਂ ਬੰਦ ਕਰ ਦਿੰਦੀ ਹੈ ਸਰਕਾਰ, ਠੀਕ ਹੈ, ਅਤੇ ਉਹ ਸਾਈਟਾਂ ਆਪਾਂ ਬੀ ਪੀ ਐਨ ਲਗਾ ਕੇ ਖੋਲ੍ਹ ਸਕਦੇ ਹਾਂ, ਜਿਹੜੀਆਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਨਹੀਂ, ਤਾਂ ਉਹ ਬੀ ਪੀ ਐਨ ਕਰਕੇ ਖੁੱਲ੍ਹ ਜਾਂਦੀਆਂ ਹੁੰਦੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਲੈਂਡ ਲਾਈਨ, ਇਹ 'ਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਲਾਈਨ ਨੂੰ ਭਾਈ ਲੋਕਲ ਏਰੀਆ ਨੈੱਟਵਰਕ ਕਿਹਾ ਜਾਂਦਾ। ਲੋਕਲ ਏਰੀਆ ਨੈੱਟਵਰਕ ਦਾ ਮਤਲਬ ਇਹ ਹੈ ਕਿ 100 ਤੋਂ 200 ਮੀਟਰ ਰੇਂਜ ਹੁੰਦੀ ਹੈ ਇਹਦੀ। ਇਹ ਪ੍ਰਸ਼ਨ ਆਊਗਾ ਕਿ ਇਹਦੀ ਰੇਂਜ ਕਿੰਨੀ ਹੁੰਦੀ ਹੈ ਲੋਕਲ ਏਰੀਆ ਨੈੱਟਵਰਕ। ਲੋਕਲ ਏਰੀਆ ਤੁਸੀਂ ਆਪ ਹੀ ਕਿਸ ਲਾ ਲਓ ਕਿ ਲੋਕਲ ਏਰੀਆ ਜਿਹੜਾ ਹੁੰਦਾ ਆਪਣੇ, ਠੀਕ ਹੈ ਨਾ, ਅਤੇ ਲੋਕਲ ਏਰੀਆ ਆਪਣੀ ਬਿਲਡਿੰਗ ਵੀ ਹੋ ਸਕਦੀ ਹੈ, ਇੱਕ ਆਪਣਾ ਘਰ ਵੀ ਹੋ ਸਕਦਾ, ਠੀਕ ਹੈ, ਜਾਂ 100 ਤੋਂ ਲੈ ਕੇ 200 ਮੀਟਰ ਦੇ ਏਰੀਏ ਦੇ ਵਿੱਚ ਵਿੱਚ, ਜਿਵੇਂ ਕੋਈ ਛੋਟਾ ਮੋਟਾ ਸਕੂਲ ਹੁੰਦਾ ਗਾ, ਠੀਕ ਹੈ ਨਾ, 100-200 ਮੀਟਰ ਦੇ ਏਰੀਏ ਦੇ ਵਿੱਚ ਇਹ ਲੋਕਲ ਏਰੀਆ ਨੈੱਟਵਰਕ ਚੱਲਦਾ ਹੁੰਦਾ। ਆ ਦੇਖੋ ਆਹ ਜੀ ਐਗਜ਼ਾਮਪਲ ਹੈਗੀ, ਮੈਕ ਐਡਰੈਸ 'ਤੇ ਕੰਮ ਕਰਦਾ, ਮੈਕ ਐਡਰੈਸ ਬਾਰੇ ਤੁਹਾਨੂੰ ਸਮਝਾਊਂਗੇ ਮੈਕ ਐਡਰੈਸ ਕੀ ਹੁੰਦਾ, ਪੀ ਸੀ ਵੀ ਦੇ ਨਾਲ ਜੁੜ ਜਾਂਦਾ ਹੁੰਦਾ, ਪ੍ਰਿੰਟਰ ਵੀ ਨਾਲ ਜੁੜਿਆ ਹੋਇਆ ਹੁੰਦਾ ਗਾ, ਫਲੋਪੀ ਡਿਸਕ, ਆ ਦੇਖੋ ਫਲੋਪੀ ਡਿਸਕ ਕੀ ਵੀ ਪੁੱਛਦੇ ਆ, 3.5 ਇੰਚ ਦੀ ਹੁੰਦੀ ਹੈ ਫਲੋਪੀ ਡਿਸਕ, ਪੀ ਸੀ, ਮੈਕ, ਠੀਕ ਹੈ। ਇਹ ਮਤਲਬ ਲੋਕਲ ਏਰੀਆ ਨੈੱਟਵਰਕ ਦੇ ਵਿੱਚ ਇੱਕ ਤਾਂ ਮੇਨ ਕੰਪਿਊਟਰ ਹੁੰਦਾ ਗਾ, ਜਿਹੜਾ ਮੇਨ ਕੰਪਿਊਟਰ ਹੁੰਦਾ ਵਜੋਂ ਲੋਕਲ ਏਰੀਆ ਨੈੱਟਵਰਕ ਦੇ ਵਿੱਚ, ਇਹ ਹੁੰਦਾ ਤਾਂ ਆਮ ਕੰਪਿਊਟਰ ਵਰਗਾ ਹੀ ਹੈਗਾ, ਜਿਵੇਂ ਆਹ ਕੰਪਿਊਟਰ ਪਏ ਆ ਇਹਦੇ ਵਰਗੀ ਇਹ ਹੋਊਗਾ, ਬਸ ਇਹਦੇ ਵਿੱਚ ਥੋੜ੍ਹੀ ਜਿਹੀ ਅਥੋਰਟੀ ਜ਼ਿਆਦਾ ਦਿੱਤੀ ਵੀ ਹੁੰਦੀ ਹੈ, ਥੋੜ੍ਹੇ ਫੰਕਸ਼ਨ ਜ਼ਿਆਦਾ ਪਾਏ ਵੇ ਹੁੰਦੇ ਆ, ਠੀਕ ਹੈ, ਅਤੇ ਸਾਰੇ ਕੰਪਿਊਟਰ ਇਹਦੇ ਨਾਲ ਕੰਟੈਕਟ ਵੀ ਹੁੰਦੇ ਹੈਗੇ, ਠੀਕ ਹੈ। ਲੋਕਲ ਏਰੀਆ ਨੈੱਟਵਰਕ ਬਸ ਤੁਸੀਂ ਇਹੀ ਸਮਝ ਲਓ ਕਿ ਇੱਕ ਤਾਂ ਜੀ ਫੁੱਲ ਫਾਰਮ ਯਾਦ ਕਰ ਲਓ, ਇੱਕ ਇਹਦੀ ਰੇਂਜ ਯਾਦ ਕਰ ਲਓ, 100 ਤੋਂ ਲੈ ਕੇ 200 ਮੀਟਰ ਤੱਕ ਹੁੰਦੀ ਹੈ, ਓਕੇ। ਇਸ ਤੋਂ ਬਾਅਦ ਜਿਹੜਾ ਲੈਂਡ ਨੈੱਟ
ਹੁੰਦਾ ਤਾਂ ਸਾਰਿਆਂ ਨਾਲ ਹੀ, ਪਰ ਜ਼ਿਆਦਾਤਰ ਪੁੱਛ ਲਿਆ ਕਿ ਇਥਰਨੈਟ ਤੋਂ ਬਿਨਾਂ ਕਿਹੜਾ ਨੈਟਵਰਕ ਨਹੀਂ ਚੱਲ ਸਕਦਾ, ਲੈਨ ਨਹੀਂ ਚੱਲ ਸਕਦਾ, ਠੀਕ ਹੈ। ਇਥਰਨੈਟ ਕੀ ਹੁੰਦਾ ਗਾ, ਇਥਰਨੈਟ ਕਈ ਵਾਰੀ ਪੁੱਛਣ ਦੇ, ਇਥਰਨੈਟ ਵਟ ਇਜ਼ ਇਥਰਨੈਟ, ਇਥਰਨੈਟ ਇਜ਼ ਏ ਪ੍ਰੋਟੋਕੋਲ। ਇਥਰਨੈਟ ਨੂੰ ਕਿਹਨੇ ਬਣਾਇਆ ਸੀ, ਰੋਬਰਟ ਮੈਟਕੋਫ ਨੇ ਬਣਾਇਆ ਸੀ, ਆਹ ਵੀ ਯਾਦ ਰੱਖਣੇ ਹੈ, ਠੀਕ ਹੈ। ਕਿਉਂਕਿ ਇਹ ਜਿਹੜਾ ਮੈਂ ਤੁਹਾਨੂੰ ਕਰਵਾ ਰਿਹਾ ਇਹ ਆਈ ਟੀ ਲੈਵਲ ਦਾ ਲੇਵਲ ਹੈਗਾ, ਆਈ ਟੀ ਲੈਵਲ, ਠੀਕ ਹੈ, ਕੋਈ ਮਾੜਾ ਮੋਟਾ ਲੈਵਲ ਨਹੀਂ ਹੈਗਾ, ਬੇਸਿਕ ਨਹੀਂ ਹੈਗਾ, ਇਹ ਆਈ ਟੀ ਲੈਵਲ ਦਾ ਪੇਪਰ ਹੈ, ਤਾਂ ਕਰਕੇ ਧਿਆਨ ਨਾਲ ਸਮਝੋ ਹਰੇਕ ਚੀਜ਼। ਦੇਖੋ ਬਸ ਇਥਰਨੈਟ ਬਾਰੇ ਚੱਲਦਾ ਕਿ ਲੈਨ ਦੇ ਵਿੱਚ ਇਥਰਨੈਟ ਕੰਮ ਕਰਦਾ, ਇਥਰਨੈਟ ਇੱਕ ਪ੍ਰੋਟੋਕੋਲ ਹੈ ਜਿਹਨੂੰ ਰੋਬਰਟ ਮੈਟਕਾਫ ਨੇ ਬਣਾਇਆ ਸੀ, ਇਸ ਤੋਂ ਬਿਨਾਂ ਇਹ ਨਹੀਂ ਚੱਲ ਸਕਦਾ। ਦੇਖੋ ਇਹਦਾ ਸਟੈਂਡਰਡ ਨੇਮ ਕੀ ਹੈ, ਇਥਰਨੈਟ ਦਾ ਸਟੈਂਡਰਡ ਨੇਮ ਕੀ ਹੈ, ਪੁੱਛ ਲੈਂਦੇ ਕਈ ਵਾਰੀ ਕਿ ਕਿੰਨੇ ਆਈ ਈ 'ਤੇ ਕੰਮ ਕਰਦਾ ਇਹ। ਇੱਕ ਨਾ ਮੋਬਾਈਲ ਦਾ ਆਈ, ਜਿਵੇਂ ਆਪਣੇ ਮੋਬਾਈਲ ਦਾ ਆਈ ਐੱਮ ਈ ਨੰਬਰ ਹੁੰਦਾ ਗਾ, ਉਵੇਂ ਜਿਵੇਂ ਜਿਹੜਾ ਇਥਰਨੈਟ ਆ ਇਹਦਾ ਥੋਤੋਂ ਪੁੱਛ ਸਕਦਾ ਕਿ ਵੀ ਇਹਦਾ ਸਟੈਂਡਰਡ ਨੇਮ ਕੀ ਆ, ਆਈ ਆਈ ਨੇਮ ਕੀ ਆ, ਜਾਂ ਤਾਂ ਉਹ ਆਈ ਆਈ ਲਿਖ ਦੇਣਗੇ ਜਾਂ ਲਿਖ ਦੇਣਗੇ ਉਹ ਕਿ ਇਥਰਨੈਟ ਦਾ ਇੰਸਟੀਟਿਊਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਐਡਰੈਸ ਕੀ ਹੈਗਾ, ਤਾਂ ਉਹ ਹੈਗਾ ਵੀ 802.3। ਇਹ ਯਾਦ ਕਰਨੀ ਪਊ ਡੇਟ ਐਜ਼ ਇਟ ਤੁਹਾਨੂੰ, ਆਹ ਸੱਚ ਨੰਬਰ, ਠੀਕ ਹੈ। ਇਹ ਜਿਹੜੇ ਹੁੰਦਾ ਇਥਰਨੈਟ ਦੋ ਤਰ੍ਹਾਂ ਦੇ ਹੁੰਦੇ ਆ, ਵਾਇਰ ਵੀ ਹੁੰਦੇ ਆ ਅਤੇ ਵਾਇਰਲੈਸ ਵੀ ਹੁੰਦੇ ਆ। ਵਾਇਰ ਵਾਲੇ ਕਿਹੜੇ ਹੁੰਦੇ, ਵਾਇਰ ਵਾਲੇ ਤਾਂ ਉਹ ਹੁੰਦੇ ਜਦੋਂ ਕਿਸੇ ਇਥਰ ਲੈਨ ਦੇ ਨੈਟਵਰਕ ਨੂੰ ਕਿਤੋਂ ਤਾਰ ਦੇ ਨਾਲ ਜੋੜਿਆ ਜਾਂਦਾ ਹੈਗਾ, ਕੋਈ ਤਾਰ ਪਾਈ ਜਾਂਦੀ ਹੈ ਉਦੋਂ ਵੀ ਇਥਰਨੈਟ ਕਨੈਕਟ ਹੋ ਸਕਦਾ, ਅਤੇ ਵਾਇਰਲੈਸ ਤੋਂ ਬਿਨਾਂ ਵੀ ਇਹ ਕਨੈਕਟ ਹੋ ਜਾਂਦਾ। ਵਾਇਰਲੈਸ ਦਾ ਮਤਲਬ ਕਿ ਵਾਇਰਲੈਸ ਹੈ, ਜਿਹਦੇ ਤੋਂ ਕਿ ਵਾਇਰ ਹੈ ਨਹੀਂ, ਬਿਨਾਂ ਤਾਰ ਤੋਂ ਵੀ ਆਪਾਂ ਕਰ ਸਕਦੇ ਹਾਂ, ਠੀਕ ਹੈ ਜੀ, ਇਹਨੂੰ ਇਥਰਨੈਟ ਨੂੰ ਕਨੈਕਟ ਲੈਣ ਦੇ ਨਾਲ। ਇਸ ਤੋਂ ਬਾਅਦ ਆਹ ਆ ਗਿਆ ਭਾਈ ਮੈਨ, ਇਹ ਪੀਸ਼ਨ ਧਿਆਨ ਨਾਲ ਦੇਖ ਲਓ ਹੁਣ ਆਹ ਚੀਜ਼ਾਂ ਕੀ ਚੱਕਰ ਹੈ ਇਹਦੇ 'ਚ। ਕਈ ਵਾਰੀ ਪੁੱਛਣ ਲੱਗੇ ਭਾਈ ਮੈਨ ਦਾ ਆਈ ਆਈ ਨੰਬਰ ਕਿੰਨਾ ਹੈਗਾ, ਜਾਂ ਵਾਈਫਾਈ ਦਾ ਆਈ ਆਈ ਨੰਬਰ ਕਿੰਨਾ, ਬਲੂਟੁੱਥ ਦਾ ਆਈ ਆਈ ਨੰਬਰ ਕਿੰਨਾ, ਬਾਇਓਮੈਕਸ ਦਾ ਆਈ ਆਈ ਨੰਬਰ ਕਿੰਨਾ, ਟੋਕਨਿੰਗ ਦਾ ਆਈ ਆਈ ਨੰਬਰ ਕਿੰਨਾ ਹੈਗਾ, ਠੀਕ ਹੈ ਜੀ। ਜਿਹੜੇ ਬਲੂਟੁੱਥ ਚਲਾਉਣੇ ਆ ਇਹਦੇ ਵਿੱਚ ਕਿਹੜਾ ਆਈ ਆਈ ਸਟੈਂਡਰਡ ਪਾਇਆ ਹੋਊ, ਕਿਹੜਾ ਪ੍ਰੋਟੋਕੋਲ ਪਾਇਆ ਹੋਊ ਆਪਣੇ ਮੋਬਾਈਲ ਦੇ ਵਿੱਚ, 802.15 ਪਾਇਆ ਹੋਊਗਾ, ਇਹਦੇ ਕਰਕੇ ਆਪਣੀ ਜਿਹੜੀ ਬਲੂਟੁੱਥ ਮੋਬਾਈਲ ਦੇ ਵਿੱਚ ਚੱਲਦੀ ਹੈ। ਜਿਹੜਾ ਮੈਨ ਨੈਟਵਰਕ ਹੈ, ਮੈਨ ਨੈਟਵਰਕ ਕਿਹੜਾ ਹੁੰਦਾ, ਮੈਟਰੋਪੋਲੀਟਨ ਏਰੀਆ ਨੈਟਵਰਕ, ਠੀਕ ਹੈ। ਇਹਦੇ 'ਤੇ ਇਹ ਕਿਹਦੇ 'ਤੇ ਕੰਮ ਕਰਦਾ, ਇਹ ਆਈ ਆਈ 802.6 'ਤੇ ਕੰਮ ਕਰਦਾ, ਅਤੇ ਵਾਈਫਾਈ ਕਿਹਦੇ 'ਤੇ ਕੰਮ ਕਰਦਾ, 11 'ਤੇ ਕੰਮ ਕਰਦਾ। ਦੇਖੋ ਇਹਨੂੰ ਟ੍ਰਿਕ ਨਾਲ ਯਾਦ ਕਰ ਲਓ, ਦੇਖੋ ਵਾਈਫਾਈ ਦੇ ਵਿੱਚ 11 ਆ ਗਿਆ ਨਾ, ਇਹਨੂੰ ਚੱਕ ਲਓ 11 ਬਣ ਗਿਆ, ਠੀਕ ਹੈ। ਬਲੂਟੁੱਥ, ਬਲੂਟੁੱਥ ਦੇਖ ਲਓ ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦੇ ਕੋਲ 15 ਬੰਦੇ ਬਲੂਟੁੱਥ ਲਈ ਫਿਰਦੇ, ਬਸ ਐਂ ਯਾਦ ਕਰ ਲਓ 802.6 ਬੁਰੇ 802 ਸੇਮ ਹੀ ਟੂ ਸੇਮ ਹੀ ਹੈ, ਠੀਕ ਹੈ। ਤਾਂ ਬਲੂਟੁੱਥ ਕਿੰਨੇ 'ਤੇ ਕੰਮ ਕਰਦੀ ਹੈ, 15 'ਤੇ, ਅਤੇ 16 'ਤੇ ਬਾਇਓਮੈਕਸ ਨਾਲ ਯਾਦ ਕਰ ਲਓ, 15 'ਤੇ ਬਲੂਟੁੱਥ ਆ, 16 'ਤੇ ਬਾਇਓਮੈਕਸ ਹੈ, ਅਤੇ 5 'ਤੇ ਕੀ ਹੈ, ਟੋਕਨ ਰਿੰਗ ਹੈ, ਵਾਈਫਾਈ ਜ਼ਰੂਰ, ਵਾਈਫਾਈ ਤੁਹਾਡੇ ਡਾਇਰੈਕਟ ਯਾਦ ਹੋ ਗਿਆ, ਮੈਨ 6, ਠੀਕ ਹੈ, ਮੈਨ 6 ਹੈ ਭਾਈ। ਇਸ ਤੋਂ ਬਾਅਦ ਜਿਹੜਾ ਲੈਨ ਹੁੰਦਾ ਨਾ ਬੱਚੋ, ਇਹਦੇ ਨਾਲ ਇੱਕ ਆਰ ਜੇ ਲੱਗਿਆ ਹੋਇਆ ਹੁੰਦਾ, ਲੈਨ ਦੇ ਨਾਲ ਜਿਹੜਾ ਲੈਨ ਨੈਟਵਰਕ ਹੁੰਦਾ, ਲੋਕਲ ਏਰੀਆ ਨੈਟਵਰਕ ਜਿਹੜਾ ਆਪਾਂ ਘਰੇ ਚਲਾਉਂਦੇ ਹਾਂ, ਇਹਦੇ ਨਾਲ ਆਰ ਜੇ ਲੱਗਿਆ ਹੁੰਦਾ। ਆਰ ਜੇ ਨੂੰ ਕੀ ਕਹਿੰਦੇ ਆਪਾਂ, ਰਜਿਸਟਰ ਜੈਕ ਲੱਗਿਆ ਹੁੰਦਾ ਹੈ। ਕੰਪਿਊਟਰ ਦੇ ਮਗਰ ਜੋ ਪੋਰਟ ਲੱਗਦੀ ਹੈ ਉਸ ਦਾ ਸੰਬੰਧ NAC ਨਾਲ ਹੁੰਦਾ। ਦੇਖੋ ਆਹ ਹੁੰਦੀ ਹੈ, ਦੇਖੋ ਇੱਕ ਨਾ ਤੁਸੀਂ ਮੈਂ ਦੱਸ ਦਾਂਗਾ, ਜਿਹੜਾ ਆਪਣੇ ਮੋਬਾਈਲ ਆਪਾਂ ਕਹਿੰਦੇ ਚਾਰਜ ਨਹੀਂ ਲਾਉਂਦੇ ਮੋਬਾਈਲ 'ਤੇ, ਮੋਬਾਈਲ ਚਾਰਜਰ ਲਾਉਂਦੇ ਆਪਾਂ, ਹੁਣ ਆਪਾਂ ਨੂੰ ਜਿਹੜੇ ਹੁਣ ਮੋਬਾਈਲ ਦਿੰਦੇ ਨਾ ਉਹਦੇ ਨਾਲ ਚਾਰਜਰ ਅਲੱਗ ਹੁੰਦਾ, ਇੱਕ ਡਾਟਾ ਕੇਬਲ ਜੀ ਉਹਦੇ ਨਾਲ ਅਲੱਗ ਹੁੰਦੀ ਹੈ, ਠੀਕ ਹੈ। ਉਹ ਡਾਟਾ ਕੇਬਲ ਜੀ ਇੱਕ ਅਲੱਗ ਹੁੰਦੀ ਹੈ, ਜਦੋਂ ਤੁਸੀਂ ਉਹਦੇ ਵਿੱਚੋਂ ਡਾਟਾ ਕੇਬਲ ਕੱਢੋਗੇ ਚਾਰਜਰ ਦੇ ਵਿੱਚੋਂ, ਅਤੇ ਜਿਹੜਾ ਉਹ ਮਗਰ ਇੱਕ ਖਾਲੀ ਜਿਹਾ ਨਹੀਂ ਬਚ ਜਾਂਦਾ ਜਗ੍ਹਾ, ਐਂ ਜੇ ਇੱਕ ਜਿਹਦੇ ਵਿੱਚ ਆਪਾਂ ਉਹ ਡਾਟਾ ਪਾਈ ਵੀ ਹੁੰਦੀ ਹੈ, ਤਾਂ ਉਹਨੂੰ ਆਪਾਂ ਪੋਰਟ ਕਹਿ ਦਿੰਦੇ ਹੁੰਦੇ ਹਾਂ, ਪੋਰਟ, ਠੀਕ ਹੈ। ਅਤੇ ਜਿਵੇਂ ਹੁਣ ਤੁਸੀਂ ਦੇਖੋ ਆਪਣੇ ਮੋਬਾਈਲ ਹੈ, ਮੋਬਾਈਲ ਦੇ ਵਿੱਚ ਜਦੋਂ ਆਪਾਂ ਚਾਰਜਰ ਲਾਉਂਦੇ ਹਾਂ, ਜਿਹੜੀ ਜਗ੍ਹਾ ਦੇ ਵਿੱਚ ਆਪਾਂ ਚਾਰਜਰ ਲਾਉਣੇ, ਉਹਨੂੰ ਵੀ ਆਪਾਂ ਪੋਰਟ ਕਹਿੰਦੇ ਹਾਂ। ਜਿਹਦੇ ਚਾਰਜਰ ਦੇ ਵਿੱਚ, ਜਿਹਦੇ ਵਿੱਚ ਕੋਈ ਵਾਇਰ ਲੱਗਦੀ ਹੈ ਕੰਪਿਊਟਰ ਦੇ ਵਿੱਚ, ਮੋਬਾਈਲ ਦੇ ਵਿੱਚ ਜਿਹੜੀ ਚੀਜ਼ ਦੇ ਵਿੱਚ ਕੋਈ ਵਾਇਰ ਪੈਂਦੀ ਹੈ, ਕੋਈ ਪਲੱਗ ਪੈਂਦਾ, ਉਹਨੂੰ ਆਪਾਂ ਪੋਰਟ ਦਾ ਨਾਮ ਦੇਵਾਂਗੇ। ਜਿੱਥੇ ਆਪਾਂ ਹੈੱਡਫੋਨ ਲਾਉਣੇ ਮੋਬਾਈਲ ਦੇ ਵਿੱਚ, ਉਹ ਵੀ ਇੱਕ ਪੋਰਟ ਹੈ, ਜਿੱਥੇ ਆਪਾਂ ਚਾਰਜ ਲਾਉਣੇ ਆ ਉਹ ਵੀ ਇੱਕ ਪੋਰਟ ਹੈ, ਠੀਕ ਹੈ। ਦੇਖੋ ਧਿਆਨ ਨਾਲ ਸਮਝੋ, ਲੈਨ ਦੇ ਨਾਲ ਕੀ ਲੱਗਿਆ ਹੁੰਦਾ, ਰਜਿਸਟਰ ਜੈਕ ਲੱਗਿਆ ਹੁੰਦਾ, ਕੰਪਿਊਟਰ ਦੇ ਮਗਰ, ਠੀਕ ਹੈ, ਕੰਪਿਊਟਰ ਦੇ ਮਗਰ ਜੋ ਪੋਰਟ ਲੱਗਦੀ ਹੈ ਉਸ ਦਾ, ਜਦੋਂ ਆਪਾਂ ਨੈਟ ਲੈਨ ਨੈਟਵਰਕ ਚਲਾਉਣਾ, ਤਾਂ ਆਪਾਂ ਕੰਪਿਊਟਰ ਦੇ ਮਗਰ ਇੱਕ ਪੋਰਟ ਲਗਾਵਾਂਗੇ, ਠੀਕ ਹੈ। ਜਦੋਂ ਪੋਰਟ ਲਾਵਾਂਗੇ ਆਪਾਂ, ਤਾਂ ਉਹ ਜਿਹੜੀ ਪੋਰਟ ਹੁੰਦੀ ਹੈ ਉਸ ਦਾ ਸੰਬੰਧ ਕਰਨ ਨਾਲ ਹੁੰਦਾ, NIC ਨਾਲ ਹੁੰਦਾ। ਹੁਣ ਬੱਚੇ ਪੁੱਛਣਗੇ ਸਰ NIC ਕੀ ਹੁੰਦਾ, NIC ਫੁੱਲ ਫਾਰਮ ਯਾਦ ਕਰ ਲਓ, ਨੈਟਵਰਕ ਇੰਟਰਫੇਸ ਕਾਰਡ ਨਾਲ ਹੁੰਦਾ ਹੈ, ਇਸ ਤੋਂ ਬਿਨਾਂ ਨੈਟਵਰਕ ਹੀ ਨਹੀਂ ਹੁੰਦੀ। ਆਹ ਦੇਖੋ ਆਹ ਜਿਹੜਾ ਪਿਆ ਹੈਗਾ ਭਾਈ, ਇਹ ਹੈਗਾ ਆਪਣਾ NCI, ਠੀਕ ਹੈ, ਅਤੇ ਇਹਨੂੰ PCI ਵੀ ਕਹਿ ਦਿੰਦੇ ਹੁੰਦੇ ਵਿੱਚ ਵਿੱਚ, PCI ਕਨੈਕਸ਼ਨ ਵੀ ਕਹਿ ਦਿੰਦੇ ਇਹਨੂੰ ਬਹੁਤ ਲੋਕ, ਕਿਉਂਕਿ ਜੋ ਕਨੈਕਸ਼ਨ ਦਿੱਤਾ ਜਾਂਦਾ। ਬਈ ਤੁਸੀਂ NIC ਯਾਦ ਕਰ ਲਿਓ, ਨੈਟਵਰਕ ਇੰਟਰਫੇਸ ਕਾਰਡ, ਆਹ ਕੀ ਹੈ ਬੱਚੋ, ਇਹ ਭਾਈ ਕੰਪਿਊਟਰ ਦੇ ਵਿੱਚ ਇੱਕ ਲੱਗਿਆ ਹੋਇਆ NIC। ਜਦੋਂ ਹੁਣ ਆਪਾਂ ਪੋਰਟ ਪਾਤੀ ਨੈਟਵਰਕ ਚਲਾਉਣ ਵਾਸਤੇ, ਇੱਥੇ ਪਾਵਾਂਗੇ ਪੋਰਟ ਆਪਾਂ ਲੈਨ ਨੈਟਵਰਕ ਦੀ, ਤਾਂ ਜਿਹੜਾ ਸਾਰਾ ਜਦੋਂ ਇਹਦੇ 'ਚ ਪਾਤਾ, ਤਾਂ ਸਾਰੀ ਸਪਲਾਈ ਕਿਹਦੇ 'ਚ ਜਾਊਗੀ, NIC ਦੇ ਵਿੱਚ ਜਾਊਗੀ, ਅਤੇ NIC ਨੈਟਵਰਕ ਚਲਵਾਊਗਾ ਅੱਗੇ ਜਾ ਕੇ, ਠੀਕ ਹੈ। ਦੇਖੋ ਇਸ ਦੇ ਬਿਨਾਂ ਨੈਟਵਰਕ ਨਹੀਂ ਹੋ ਸਕਦਾ, ਕਿਉਂਕਿ
NIC ਅਤੇ ਮੈਕ ਐਡਰੈਸ ਕਹਿੰਦੇ ਨੇ ਇਹਨੂੰ, ਮੀਡੀਆ ਐਕਸੈਸ ਕੰਟਰੋਲ ਲੱਗਿਆ ਹੁੰਦਾ ਕਿਉਂਕਿ ਇਸ ਦੇ ਬਿਨਾਂ ਨੈਟਵਰਕ ਨਹੀਂ ਹੋ ਸਕਦਾ, ਕਿਉਂਕਿ ਜਿਹੜੀ NIC ਹੁੰਦੀ ਹੈ ਇਹਦੇ ਨਾਲ, ਇਹ ਜਿਹੜੀ NIC ਹੁੰਦੀ ਬੱਚੋ ਇਹ MAK 'ਤੇ ਕੰਮ ਕਰਦੀ, MAC 'ਤੇ ਕੰਮ ਕਰਦੀ ਹੈ, ਮੀਡੀਆ ਐਕਸੈਸ ਕੰਟਰੋਲ 'ਤੇ ਕੰਮ ਕਰਦੀ ਹੈ। ਮੈਕ ਐਡਰੈਸ ਨੂੰ ਅਸੀਂ ਫਿਜੀਕਲ ਐਡਰੈਸ ਜਾਂ ਹਾਰਡਵੇਅਰ ਐਡਰੈਸ ਵੀ ਕਹਿ ਸਕਦੇ ਹਾਂ। ਇਹ ਮੈਕ ਐਡਰੈਸ 48 ਬਿੱਟ ਜਾਂ 6 ਬਾਈਟ ਜਾਂ ਹੈਕਸਾਡੈਸੀਮਲ ਕਿਸਮ ਦੇ ਹੁੰਦੇ ਹਨ। ਦੇਖੋ ਕੀ ਕਰਤਾ ਆਪਾਂ, ਜੋ ਲੈਂਡ ਨੈਟਵਰਕ ਚਲਾਉਣਾ ਕੀ ਲੱਗਿਆ ਹੋਊਗਾ ਨਾ, ਰਜਿਸਟਰ ਜੈਕ ਲੱਗਿਆ ਹੋਊਗਾ, ਜਦੋਂ ਆਪਾਂ ਨੂੰ ਕੰਪਿਊਟਰ ਦੇ ਵਿੱਚ ਪਾ ਦਾਂਗੇ, ਕਿਹਦੇ 'ਚ ਪਾਵਾਂਗੇ, ਪੋਰਟ ਦੇ ਵਿੱਚ ਪਾਵਾਂਗੇ, ਤਾਂ ਉਹ ਸਾਰਾ ਸਿਸਟਮ ਕਾਹਦੇ 'ਚ ਵਗ ਜੂਗਾ, NIC ਦੇ ਵਿੱਚ। ਜਿਹੜਾ NIC ਨੇ ਕੰਮ ਕਰਨਾ, NIC ਨੇ ਕਾਹਦੇ 'ਤੇ ਕੰਮ ਕਰਨਾ, ਮੈਕ ਐਡਰੈਸ 'ਤੇ, ਠੀਕ ਹੈ। ਜਦੋਂ NIC ਦੇ ਵਿੱਚ ਸਾਰੀ ਸਪਲਾਈ ਵਗ ਗਈ, ਤਾਂ ਇਹ ਤੋਂ ਬਾਅਦ ਉਹਦੇ ਵਿੱਚ ਜਿਹੜਾ ਮੈਕ ਐਡਰੈਸ ਹੈਗਾ, ਮੀਡੀਆ ਐਕਸੈਸ ਕੰਟਰੋਲ ਆ, ਉਹ ਸਾਰੇ ਸਿਸਟਮ ਨੂੰ ਚਲਾਊਗਾ, ਉਹੀ ਆਪਾਂ ਨੂੰ ਨੈਟਵਰਕ ਦੇਊਗਾ, ਉਹੀ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਨ ਦੀ ਆਪਾਂ ਨੂੰ ਸ਼ਕਤੀ ਦੇਊਗਾ, ਠੀਕ ਹੈ। ਜਿਹੜਾ ਮੈਕ ਐਡਰੈਸ ਹੁੰਦਾ ਬੱਚੋ, ਇਹਨੂੰ ਆਪਾਂ ਫਿਜੀਕਲ ਐਡਰੈਸ ਵੀ ਕਹਿ ਦਿੰਦੇ ਹਾਂ ਅਤੇ ਹਾਰਡਵੇਅਰ ਐਡਰੈਸ ਵੀ ਕਹਿ ਦਿੰਦੇ ਹਾਂ। ਦੇਖੋ ਪਹਿਲੀ ਗੱਲ ਤਾਂ ਇਹ ਸਮਝੋ ਕਿ ਹਾਰਡਵੇਅਰ ਅਤੇ ਸੋਫਟਵੇਅਰ ਦੇ ਵਿੱਚ ਕੀ ਫਰਕ ਹੁੰਦਾ, ਹਾਰਡਵੇਅਰ ਅਤੇ ਸੋਫਟਵੇਅਰ ਦੇ ਵਿੱਚ ਕੀ ਫਰਕ ਹੁੰਦਾ। ਜਿਹੜੀਆਂ ਚੀਜ਼ਾਂ ਨੂੰ ਤਾਂ ਆਪਾਂ ਛੂ ਨਹੀਂ ਸਕਦੇ, ਕਹਿਣ ਦਾ ਮਤਲਬ ਜਿਹੜੀਆਂ ਚੀਜ਼ਾਂ ਨੂੰ ਆਪਾਂ ਹੱਥ ਦੇ ਵਿੱਚ ਨਹੀਂ ਲੈ ਸਕਦੇ, ਜਿਵੇਂ ਮੋਬਾਈਲ ਹੈ, ਮੋਬਾਈਲ ਕੀ ਆਪਾਂ ਹੱਥ 'ਚ ਫੜ ਲਿਆ ਨਾ, ਮੋਬਾਈਲ ਕੀ ਹੈ, ਇੱਕ ਹਾਰਡਵੇਅਰ ਹੈ, ਉਹ ਇੱਕ ਹਾਰਡਵੇਅਰ ਹੈ। ਜਿਹੜਾ ਹੁਣ ਮੋਬਾਈਲ ਦੇ ਵਿੱਚ ਕੋਈ ਐਪ ਪਈ ਹੈ, ਠੀਕ ਹੈ, ਵਟਸਐਪ ਹੈ, ਵਟਸਐਪ ਨੂੰ ਤੁਸੀਂ ਹੱਥ 'ਚ ਫੜ ਕੇ ਹੱਥ 'ਚ ਜਾ ਕੇ ਦਿਖਾਓਗੇ ਵੀ ਯਾਰ ਮੇਰੇ ਕੋਲ ਵਟਸਐਪ ਹੈਗਾ ਹੱਥ 'ਚ ਮੇਰੇ ਫੜਿਆ ਹੋਇਆ, ਠੀਕ ਹੈ, ਉਹ ਕੀ ਇੱਕ, ਉਹ ਇੱਕ ਸੋਫਟਵੇਅਰ ਹੈ, ਠੀਕ ਹੈ। ਜਿਹੜੀ ਚੀਜ਼ ਨੂੰ ਆਪਾਂ ਛੂ ਨਹੀਂ ਸਕਦੇ ਉਹ ਇੱਕ ਸੋਫਟਵੇਅਰ ਹੈ, ਜਿਹੜੀ ਚੀਜ਼ ਨੂੰ ਆਪਾਂ ਛੂ ਸਕਦੇ ਹਾਂ ਉਹ ਇੱਕ ਹਾਰਡਵੇਅਰ ਹੈਗੀ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਕੰਪਿਊਟਰ ਹੈ, ਕੰਪਿਊਟਰ ਕੀ ਹੈ, ਇੱਕ ਹਾਰਡਵੇਅਰ ਹੈ। ਕੰਪਿਊਟਰ ਦੇ ਵਿੱਚੋਂ ਜੇ ਤੁਸੀਂ ਕੋਈ ਚੀਜ਼ ਕੱਢ ਸਕਦੇ ਹੋ, ਹੱਥ 'ਚ ਫੜ ਸਕਦੇ ਹੋ, ਕੱਢ ਕੇ ਨਹੀਂ ਫੜ ਸਕਦੇ, ਉਹ ਕੀ ਇੱਕ ਹੋ ਗਿਆ, ਇੱਕ ਸੋਫਟਵੇਅਰ। ਪ੍ਰਸ਼ਨ ਦੇ ਵਿੱਚ ਇਹੀ ਪੁੱਛਿਆ ਜਾਊਗਾ ਕਿ ਜਿਹੜੀ ਚੀਜ਼ ਨੂੰ ਸੋਫਟਵੇਅਰ ਕੀ ਹੁੰਦਾ ਗਾ, ਸੋਫਟਵੇਅਰ ਭਾਈ ਉਹ ਚੀਜ਼ ਹੁੰਦੀ ਜਿਹਨੂੰ ਆਪਾਂ ਛੂ ਨਹੀਂ ਸਕਦੇ, ਹਾਰਡਵੇਅਰ ਕੀ ਹੁੰਦਾ ਜਿਹਨੂੰ ਆਪਾਂ ਛੂ ਸਕਦੇ ਹਾਂ, ਓਕੇ, ਇਹੀ ਫਰਕ ਹੈਗਾ। ਉਵੇਂ ਜਿਵੇਂ ਜਿਹੜਾ ਮੈਕ ਐਡਰੈਸ ਆ, ਇੱਕ ਪਲੇਟ ਜੀ ਹੁੰਦੀ ਹੈ, ਉਹਨੂੰ ਆਪਾਂ ਛੂ ਸਕਦੇ ਹਾਂ, ਤਾਂ ਕਰਕੇ ਇਹਨੂੰ ਹਾਰਡਵੇਅਰ ਐਡਰੈਸ ਕਹਿ ਦਿੰਦੇ ਆ, ਠੀਕ ਹੈ, ਜਿਹਨੂੰ ਫਿਜੀਕਲ ਐਡਰੈਸ ਵੀ ਕਹਿੰਦੇ। ਮੈਕ ਐਡਰੈਸ ਦੇ ਹੋਰ ਵੀ ਬੱਚੋਂ ਕੋਈ ਨਾਮ ਹੈਗਾ, 48 ਬਿੱਟ 'ਤੇ ਕੰਮ ਕਰਦਾ ਮੈਕ ਐਡਰੈਸ, ਅਤੇ 6 ਬਾਈਟ 'ਤੇ ਵੀ ਕੰਮ ਕਰਦਾ, ਅਤੇ ਹੈਕਸਾਡੈਸੀਮਲ ਵੀ 'ਤੇ ਵੀ ਇਹ ਕੰਮ ਕਰਦਾ। 6 ਨੂੰ ਹੀ ਹੈਕਸਾ ਕਹਿ ਦਿੰਦੇ ਹੁੰਦੇ ਆ, ਓਕੇ। ਇਸ ਤੋਂ ਬਾਅਦ ਆਪਾਂ ਲੈਂਡ ਨੈਟਵਰਕ ਸਾਰਾ ਕਰ ਲੈਣਾ। ਲੈਂਡ ਨੈਟਵਰਕ ਫਿਰ ਸਮਝ ਲਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਲੈਂਡ ਨੈਟਵਰਕ ਕੀ ਹੈ ਬੱਚਿਓ, ਲੋਕਲ ਏਰੀਆ ਨੈਟਵਰਕ, 100 ਤੋਂ 200 ਮੀਟਰ ਦੇ ਏਰੀਆ ਵਿੱਚ ਕੰਮ ਕਰਦਾ, ਰਜਿਸਟਰ ਜੇ ਇੱਕ ਲੱਗਿਆ ਹੁੰਦਾ। ਜਦੋਂ ਵੀ ਨੈਟਵਰਕ ਚਲਾਉਣਾ ਤਾਂ ਆਪਾਂ ਨੂੰ NIC ਨਾਲ ਪੋਰਟ ਨੂੰ ਕੰਡੈਕਟ ਕਰਨਾ ਪਊਗਾ, ਅਤੇ NIC ਗਾਹਕ ਕਾਹਦੇ 'ਤੇ ਕੰਮ ਕਰਦਾ, ਮੈਕ ਐਡਰੈਸ ਅਤੇ ਮੀਡੀਆ ਐਕਸੈਸ ਕੰਟਰੋਲ 'ਤੇ ਕੰਮ ਕਰਦਾ। ਅਤੇ ਇਹਨੂੰ ਆਪਾਂ ਕੀ ਕਹਿ ਦਿੰਦੇ, ਫਿਜੀਕਲ ਜਾਂ ਹਾਰਡਵੇਅਰ ਵੀ ਕਹਿ ਦਿੰਦੇ ਹਾਂ। ਅਤੇ ਇਹਦੇ ਕਿਹੜੀਆਂ ਕਿਹੜੀਆਂ ਕਿਸਮਾਂ ਬੱਚਿਓ, ਇਹ 48 ਬਿੱਟ 'ਤੇ ਵੀ ਕੰਮ ਕਰਦਾ, 6 ਬਾਈਟ 'ਤੇ ਵੀ ਕੰਮ ਕਰਦਾ, ਅਤੇ ਹੈਕਸਾਡੈਸੀਮਲ 'ਤੇ ਵੀ ਇਹ ਕੰਮ ਕਰਦਾ, ਓਕੇ। ਇਦੋਂ ਬਾਅਦ ਲੈਨ ਦੇ ਵਿੱਚ ਓਪਰੇਸ਼ਨ ਨਹੀਂ ਬਣੂਗਾ। ਇਸ ਤੋਂ ਬਾਅਦ ਆ ਗਿਆ ਮੈਨ। ਜੇਕਰ ਮੈਨ ਦੀ ਫੁੱਲ ਫਾਰਮ ਕੀ ਹੈ, ਮੈਟਰੋਪੋਲੀਟਨ ਏਰੀਆ ਨੈਟਵਰਕ। ਜੇਕਰ ਕਿਸੇ ਇੱਕ ਹੀ ਸਿਟੀ ਵਿੱਚ ਆਪਾਂ ਅਲੱਗ ਅਲੱਗ ਬ੍ਰਾਂਚ ਨੈਟਵਰਕ ਨਾਲ ਜੁੜੀਆਂ ਹੋਣ, ਉਹਨਾਂ ਨੂੰ ਮੈਨ ਕਿਹਾ ਜਾਂਦਾ। ਦੇਖੋ ਇੱਕ ਹੀ ਸਿਟੀ ਹੈ, ਮਤਲਬ ਮੇਰਾ ਪਿੰਡ ਹੈ, ਠੀਕ ਹੈ, ਮੇਰੇ ਪਿੰਡ ਦੇ ਵਿੱਚ ਮੈਂ ਆਪਦਾ ਇੰਸਟੀਟਿਊਟ ਖੋਲ੍ਹ ਲਿਆ, ਠੀਕ ਹੈ, 2-3 ਇੰਸਟੀਟਿਊਟ ਖੋਲ੍ਹ ਲਏ ਮੈਂ ਆਪਦੇ ਪਿੰਡ ਦੇ ਵਿੱਚ, ਠੀਕ ਹੈ। ਇੰਸਟੀਟਿਊਟ ਤਾਂ ਇੱਕ ਤਾਂ ਹੈਗਾ ਮੇਰਾ ਇੱਥੇ ਜਿੱਥੇ ਮੈਂ ਬੈਠਾ ਗਾ, ਠੀਕ ਹੈ, ਡੇਰੇ ਕੋਲ, ਅਤੇ ਇੱਕ ਸਾਡੇ ਇੱਥੇ ਮਾਰਕੀਟ ਹੈ, ਇੱਕ ਮਾਰਕੀਟ ਕੋਲ ਖੋਲ੍ਹਤਾ, ਇੱਕ ਆਪਣੇ ਇੱਕ ਪਿੰਡ ਰੇਲਵੇ ਸਟੇਸ਼ਨ, ਇੱਕ ਉੱਥੇ ਖੋਲ੍ਹਤਾ, ਠੀਕ ਹੈ ਨਾ। ਤਾਂ ਇਹਨਾਂ ਤਿੰਨਾਂ ਨੂੰ ਬਾਈ ਮੈਂ ਇੱਕ ਨੈਟਵਰਕ ਨਾਲ ਹੀ ਕੰਟੈਕਟ ਕਰਨਾ, ਕਿ ਮੇਰਾ ਸਾਰਾ ਡਾਟਾ ਮੈਨੂੰ ਪਤਾ ਚੱਲੀ ਜਾਵੇ ਕਿ ਇੱਥੇ ਇੱਥੇ ਕੀ ਪ੍ਰੋਸੈਸ ਹੋ ਰਿਹਾ ਮੇਰੀਆਂ ਤਿੰਨੇ ਜਗ੍ਹਾ 'ਤੇ। ਤਾਂ ਉਹ ਕਾਹਦੇ ਕਰਕੇ ਜਾਇਜ਼ ਹੋਊਗਾ ਸਾਰਾ ਕੰਮ, ਉਹ ਹੋਊਗਾ ਮੈਨ ਨੈਟਵਰਕ ਕਰਕੇ। ਮੈਨ ਨੈਟਵਰਕ ਇੱਕ ਹੀ ਸਿਟੀ ਦੇ ਵਿੱਚ ਵਰਤਿਆ ਜਾਂਦਾ, ਇਹ ਗੱਲ ਯਾਦ ਰੱਖਣੀ। ਪ੍ਰਸ਼ਨ ਆਊਗਾ ਕਿ ਮੈਨ ਨੈਟਵਰਕ ਕਿਹੜੀ ਕਿੱਥੇ ਕਿੱਥੇ ਕਿੰਨੀ ਕੁ ਦੂਰ ਤੱਕ ਵਰਤਿਆ ਜਾਂਦਾ, ਇੱਕ ਸਿਟੀ ਦੇ ਵਿੱਚ ਹੀ ਵਰਤਿਆ ਜਾ ਸਕਦਾ, ਠੀਕ ਹੈ। ਆਹ ਦੇਖੋ ਜਿਵੇਂ ਮੇਰੀ ਆਹ ਘਰ ਹੋ ਗਿਆ, ਇੱਥੇ ਮੇਰੀ ਆਫਿਸ ਬਿਲਡਿੰਗ ਹੋ ਗਈ ਉਸ ਸਿਟੀ ਦੇ ਵਿੱਚ ਹੀ, ਠੀਕ ਹੈ। ਉੱਥੇ ਮੈਂ ਕਿਸੇ ਹੋਰ ਗੌਰਮੈਂਟ ਇੰਪਲੋਈ ਹੈ, ਜਾਂ ਉੱਥੇ ਮੈਂ ਕੋਈ ਯੂਨੀਵਰਸਿਟੀ ਦੇ ਵਿੱਚ ਕੋਈ ਕੰਮ ਕਰਨਾ, ਤਾਂ ਇਹ ਸਾਰੇ ਕੰਮ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਸਾਰੇ ਕੰਮ ਇਹੀ ਹੁੰਦੇ। ਵੈਸੇ ਯੂਨੀਵਰਸਿਟੀ ਵਿੱਚ ਕੈਂਪਸ ਵਰਤਿਆ ਜਾਂਦਾ, ਕੈਂਪਸ ਏਰੀਆ ਨੈਟਵਰਕ ਵਰਤਿਆ ਜਾਂਦਾ। ਅਤੇ ਵੈਸੇ ਜਿਹੜਾ ਆਪਾਂ ਲੋਕਲ ਏਰੀਆ, ਜਿਵੇਂ ਤੁਹਾਨੂੰ ਦੱਸਿਆ ਕਿ ਸਿਟੀ ਦੇ ਵਿੱਚ ਆਪਾਂ ਜਦੋਂ ਵਰਤਣਾ ਗਾ, ਇੱਕ ਸਿਟੀ ਦੇ ਵਿੱਚ ਹੀ ਕੋਈ ਆਪਾਂ ਕੰਮ ਕਰਨਾ, ਤਾਂ ਉੱਥੇ ਮੈਨ ਨੈਟਵਰਕ ਵਰਤਿਆ ਜਾਊ, ਬਸ ਮੋਟੇ ਸ਼ਬਦਾਂ 'ਚ ਇਹੀ ਗੱਲ ਯਾਦ ਰੱਖ ਲਓ। ਇਦੋਂ ਬਾਅਦ ਬੈਨ, ਵਾਈਡ ਏਰੀਆ ਨੈਟਵਰਕ, ਸਭ ਤੋਂ ਵੱਡਾ ਨੈਟਵਰਕ ਇਹ ਹੁੰਦਾ ਗਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਚੱਲਦਾ। ਸਾਰੀ ਦੁਨੀਆ ਦੇ ਵਿੱਚ ਕਿਹੜਾ ਚੱਲਦਾ, ਵਾਈਡ ਏਰੀਆ ਨੈਟਵਰਕ, ਜਿਵੇਂ ਕਿ ਇੱਕ ਸਿਟੀ ਦੇ ਵਿੱਚ ਜਾਂ ਕਿਸੇ ਦੂਸਰੀ ਸਿਟੀ ਨਾਲ ਕਨੈਕਟ ਹੁੰਦਾ ਗਾ। ਦੇਖੋ ਜਿਵੇਂ ਹੁਣ ਆਪਾਂ ਬੈਠੇ ਇੱਥੇ, ਆਪਾਂ ਇੱਥੇ ਬੈਠੇ ਬੈਠੇ ਯੂਟਿਊਬ ਰਾਹੀਂ ਅਮਰੀਕਾ ਦੀ ਵੀਡੀਓ ਵੀ ਦੇਖ ਸਕਦੇ ਹਾਂ, ਅਮਰੀਕਾ ਯੂ ਐੱਸ ਏ ਅਤੇ ਬ੍ਰਿਟੇਨ ਦੀਆਂ ਵੀ ਦੇਖ ਸਕਦੇ ਹਾਂ, ਠੀਕ ਹੈ, ਥਾਈਲੈਂਡ ਦੀਆਂ ਵੀ ਦੇਖ ਸਕਦੇ ਹਾਂ। ਉਹ ਕਾਹਦੇ ਕਰਕੇ ਆਪਣੇ ਕਨੈਕਟ, ਜਾਂ ਆਪਾਂ ਉੱਥੇ ਕਾਲ ਵੀ ਕਰ ਸਕਦੇ ਹਾਂ ਉਹਨਾਂ ਨੂੰ, ਠੀਕ ਹੈ। ਥਾਈਲੈਂਡ ਰਹਿੰਦਾ ਕੋਈ ਬੰਦਾ, ਕੋਈ ਕਿਸੇ ਬਾਹਰਲੇ ਦੇਸ਼, ਆਪਾਂ ਕਾਲ ਕਰ ਲੈਂਦਾ, ਕਾਲ ਕਾਹਦੇ ਕਰਕੇ ਕਰਦੇ ਆਪਾਂ,
ਵਾਈਡ ਏਰੀਆ ਨੈਟਵਰਕ ਕਰਕੇ ਕਰਦੇ ਹਾਂ, ਕਿਉਂਕਿ ਵਾਈਡ ਏਰੀਆ ਨੈਟਵਰਕ ਸਭ ਤੋਂ ਵੱਡਾ ਨੈਟਵਰਕ ਹੈਗਾ। ਦੇਖੋ ਜਿਹੜਾ ਮੈਨ ਆ ਉਹ ਤਾਂ ਇੱਕ ਸਿਟੀ ਦੇ ਵਿੱਚ ਹੀ ਚੱਲਦਾ, ਜਿਹੜਾ ਲੈਨ ਆ ਇਹ 100 ਤੋਂ ਲੈ ਕੇ 200 ਮੀਟਰ ਦੇ ਵਿੱਚ ਵਿੱਚ ਚੱਲਦਾ ਹੈਗਾ, ਠੀਕ ਹੈ। ਇਥਰਨੈਟ ਦੇ ਬਿਨਾਂ ਲੈਨ ਕਦੇ ਨਹੀਂ ਚੱਲਦਾ, ਗੱਲ ਯਾਦ ਰੱਖਣੀ ਹੈ। ਦੇਖੋ ਆ ਹੋ ਗਿਆ ਵਾਈਡ ਏਰੀਆ ਨੈਟਵਰਕ, ਬਸ ਤੁਸੀਂ ਦੇਖੋ ਫਿਰ ਪਿੱਕ ਦੇਖ ਲਓ ਕਿ ਬਹੁਤ ਵੱਡੇ ਪੱਧਰ ਦੇ ਭਾਈ ਇਹ ਕੰਮ ਕਰਦਾ ਹੈਗਾ, ਜਿਹੜਾ ਹੁੰਦਾ ਆਪਣਾ ਵਾਈਡ ਏਰੀਆ ਨੈਟਵਰਕ, ਠੀਕ ਹੈ। ਜਿਵੇਂ ਕਿ ਕੋਈ ਆਪਣੀ ਪ੍ਰਾਇਮਰੀ ਸਾਈਟ ਹੋ ਗਈ, ਕੋਈ ਆਪਣੀ ਥਰਡ ਪਾਰਟੀ ਹੋ ਗਈ, ਇੰਟਰਨੈਟ ਜਾਂ ਕੁਛ ਵੀ ਹੋ ਗਿਆ, ਬਸ ਇੱਕ ਪਿੱਕ ਦਿਖਾਈਏ ਤੁਹਾਨੂੰ ਮੈਂ। ਇਸ ਤੋਂ ਬਾਅਦ ਪੈਨ, ਪੈਨ ਕਿਹੜਾ ਹੁੰਦਾ ਆਪਣਾ ਪਰਸਨਲ ਏਰੀਆ ਨੈਟਵਰਕ। ਪੈਨ ਦੀ ਫੁੱਲ ਫਾਰਮ ਪੁੱਛਦੇ ਹੁੰਦੇ ਆ ਪਰਸਨਲ ਏਰੀਆ ਨੈਟਵਰਕ, ਕਿਉਂਕਿ ਪ੍ਰਸ਼ਨ ਪੁੱਛਦੇ ਫੁੱਲ ਚਾਂਸ ਨੇ ਇਹ। ਪੈਨ ਨੂੰ ਕੀ ਕਹਿੰਦੇ ਆ, ਫੁੱਲ ਫਾਰਮ ਕੀ ਹੈ, ਜਿਹੜਾ ਪੈਨ ਹੁੰਦਾ ਇਹ ਪਰ ਕਿਹੜਾ ਹੁੰਦਾ, ਇਹ 20 ਤੋਂ ਲੈ ਕੇ 25 ਮੀਟਰ ਦੇ ਵਿੱਚ ਵਿੱਚ ਦੇ ਦਾਇਰੇ ਦੇ ਵਿੱਚ ਹੁੰਦਾ ਹੈਗਾ, ਜਿਵੇਂ ਕਿ ਬਲੂਟੁੱਥ ਹੋ ਗਿਆ, ਇਨਫਰਾਰੈਡ ਹੋ ਗਿਆ, ਵਾਈਫਾਈ ਵੀ ਇਹਦੇ ਵਿੱਚ ਹੀ ਆ ਜਾਂਦਾ ਹੈਗਾ। ਦੇਖੋ ਹੁਣ ਬਲੂਟੁੱਥ ਹੈ, ਬਲੂਟੁੱਥ ਆਪਾਂ ਬਾਹਲੀ ਦੂਰ ਤੱਕ ਦਾ ਯੂਜ਼ ਕਰ ਨਹੀਂ ਸਕਦੇ, ਇਹ ਤਾਂ ਕਰ ਨਹੀਂ ਸਕਦੇ ਭਾਈ, ਮੈਂ ਇੱਥੇ ਬਠਿੰਡੇ ਬੈਠਾ ਹੈਗਾ, ਹੈਂ ਤੁਹਾਡੇ 'ਚ ਕੋਈ ਇੱਥੇ ਸੰਗਰੂਰ ਬੈਠਾ ਹੋਵੇ, ਠੀਕ ਹੈ, ਐਡੀ ਦੂਰ ਤਾਂ ਆਪਾਂ ਕਰ ਨਹੀਂ ਸਕਦੇ ਬਲੂਟੁੱਥ ਨਾਲ ਕੰਟੈਕਟ, ਨਾ ਹੀ ਦੂਰ ਆਪਾਂ ਵਾਈਫਾਈ ਨਾ ਕਰ ਸਕਦੇ ਹਾਂ, ਅਤੇ ਨਾ ਹੀ ਇੰਨੇ ਨਾਲ ਆਪਾਂ ਇਨਫਰਾਰੈਡ ਨਾ ਕਰ ਸਕਦੇ ਹਾਂ। ਇਨਫਰਾਰੈਡ ਵੈਸੇ ਹੁਣ ਕਿਸੇ ਮੋਬਾਈਲਾਂ 'ਚ ਨਹੀਂ ਆਉਂਦਾ, ਇੱਕਦਮ ਨੋਕੀਆ ਦਾ ਮੋਬਾਈਲ ਆਇਆ ਸੀ 3110, ਉਹਦੇ ਵਿੱਚ ਆਉਂਦਾ ਸੀ ਇਨਫਰਾਰੈਡ, ਇਨਫਰਾਰੈਡ ਨਾਲ ਹੀ ਅਟੈਚ ਕਰਨਾ ਪੈਂਦਾ ਹੁੰਦਾ, ਜਿਵੇਂ ਆਹ ਮੋਬਾਈਲ ਹੈਗਾ, ਇੱਕ ਮੋਬਾਈਲ ਇੱਧਰ ਹੈ, ਇਹਦੇ ਵਿੱਚ ਇਨਫਰਾਰੈਡ ਹੋਊਗਾ, ਇਹਦੇ ਵਿੱਚ ਇਨਫਰਾਰੈਡ, ਉਹ ਦੋਨਾਂ ਨੂੰ ਜੋੜ ਕੇ ਚੀਜ਼ ਟ੍ਰਾਂਸਮਿਸ਼ਨ ਕੀਤੀ ਜਾਂਦੀ ਹੁੰਦੀ ਸੀ, ਇਹ ਚੀਜ਼ ਤਾਂ ਵੈਸੇ ਜ਼ਿਆਦਾ ਚੱਲਦੀ ਨਹੀਂ। ਅਤੇ ਇਹ ਗੱਲ ਯਾਦ ਹੁਣ ਪੈਨ ਦੀ ਫੁੱਲ ਫਾਰਮ ਅਤੇ ਇਹਦੀਆਂ ਇਗਜ਼ਾਮਪਲਾਂ, ਵਾਈਫਾਈ ਵੀ ਦੀ ਇਗਜ਼ਾਮਪਲ ਹੀ ਹੈ। ਇਸ ਤੋਂ ਬਾਅਦ ਕੈਨ ਆ ਗਿਆ, ਕੈਨ ਦਾ ਨਾਂ, ਕੈਨ ਦੀ ਫੁੱਲ ਫਾਰਮ ਕੀ ਹੁੰਦੀ ਹੈ, ਕੈਂਪਸ ਏਰੀਆ ਨੈਟਵਰਕ, ਕੈਂਪਸ ਏਰੀਆ ਨੈਟਵਰਕ। ਦੇਖੋ ਜਿਵੇਂ ਹੁਣ ਆਪਾਂ ਯੂਨੀਵਰਸਿਟੀ 'ਚ ਪੜ੍ਹਿਆ, ਮੈਂ ਗੁਰੂ ਗ੍ਰੰਥ ਯੂਨੀਵਰਸਿਟੀ 'ਚ ਪੜ੍ਹਿਆ ਗਾ, ਠੀਕ ਹੈ, ਗੁਰੂ ਗ੍ਰੰਥ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਮੈਂ, ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਿਆ ਪਟਿਆਲਾ ਦੇ ਵਿੱਚ। ਦੇਖੋ ਜਿਹੜੀ ਇਹ ਯੂਨੀਵਰਸਿਟੀ ਹੈ, ਯੂਨੀਵਰਸਿਟੀ ਦੇ ਵਿੱਚ ਇੱਕ ਅਲੱਗ ਬੈਂਕ ਨਹੀਂ ਹੁੰਦੀ, ਇੱਕ ਅਲੱਗ ਇਹਨਾਂ ਦਾ ਪ੍ਰੋਸੈਸ ਹੁੰਦਾ ਸਾਰੇ ਕਾਸੇ ਦਾ, ਇੱਕ ਅਲੱਗ ਨੈਟਵਰਕ ਹੁੰਦਾ ਕਿਸੇ ਯੂਨੀਵਰਸਿਟੀ ਦਾ, ਕਿਸੇ ਕਾਲਜ ਦਾ, ਜਿਹੜਾ ਅਲੱਗ ਨੈਟਵਰਕ ਹੁੰਦਾ, ਉੱਥੇ ਕਿਹੜਾ ਨੈਟਵਰਕ ਕੰਮ ਕਰਦਾ ਹੁੰਦਾ, ਉੱਥੇ ਕੈਨ ਕੰਮ ਕਰਦਾ, ਕਿਵੇਂ ਪੁੱਛਣਾ ਕਿ ਜੇ ਸਕੂਲ ਯੂਨੀਵਰਸਿਟੀ ਦੇ ਵਿੱਚ ਕਿਹੜਾ ਨੈਟਵਰਕ ਜ਼ਿਆਦਾ ਯੂਜ ਕੀਤਾ ਜਾਂਦਾ, ਤਾਂ ਉੱਥੇ ਕੈਨ ਯੂਜ ਕੀਤਾ ਜਾਂਦਾ, ਕੈਂਪਸ ਏਰੀਆ ਨੈਟਵਰਕ, ਠੀਕ ਹੈ ਜੀ। ਬਸ ਆਹ ਚੀਜ਼ ਗੱਲ ਕਰਨੀ ਹੈ ਤੁਸੀਂ, ਇੱਕ ਦੂਸਰੇ ਤੁਸੀਂ ਕਹੋਗੇ ਬਾਕੀ ਯਾਦ ਕਰੇ, ਬਾਕੀ ਮੈਂ ਤੁਹਾਨੂੰ ਉਹਦੇ ਉੱਤੋਂ ਹੀ ਕਰਵਾ ਦਿੰਦਾ, ਕਿਉਂਕਿ ਉਹ ਇੰਪੋਰਟੈਂਟ ਹੈ ਨਹੀਂ। ਦੇਖੋ ਜਿਹੜਾ BPN ਹੁੰਦਾ, BPN ਤੁਹਾਨੂੰ ਦੱਸ ਕੇ ਗਿਆ ਭਾਈ ਮੈਂ BPN ਕਿੱਥੇ ਵਰਤਦੇ ਹਾਂ, ਜਿਹੜੀਆਂ ਸਾਈਟਾਂ ਪੰਜਾਬ ਸਰਕਾਰ ਜਾਂ ਗੌਰਮੈਂਟ ਸੈਂਟਰ ਸਰਕਾਰ ਨਹੀਂ ਬੰਦ ਕਰ ਦਿੰਦੀ ਉਹ ਸਾਈਟਾਂ, ਤਾਂ ਉਹ ਆਪਾਂ BPN ਦੁਆਰਾ ਚਲਾ ਸਕਦੇ ਹਾਂ, ਇੱਕ ਵਰਚੁਅਲ ਏਰੀਆ ਨੈਟਵਰਕ ਹੁੰਦਾ ਗਾ, ਠੀਕ ਹੈ। ਇਹਦੇ ਦੁਆਰਾ ਕੀ ਹੋਊਗਾ, ਇਹ ਦੁਆਰਾ ਕਿਸੇ ਆਪਾਂ ਹੋਰ, ਇਹ ਤੋਂ ਸਮਝਣ ਦੀ ਲੋੜ ਨਹੀਂ ਵੈਸੇ, ਇਹ ਯਾਦ ਕਰਨ ਦੀ ਲੋੜ ਨਹੀਂ, ਬਸ ਇੱਕ ਵੈਸੇ ਸਮਝ ਲਓ ਨੌਲੇਜ ਵਜੋਂ, BPN ਕੀ ਹੁੰਦਾ, BPN ਦੀ ਫੁੱਲ ਫਾਰਮ ਕਰ ਲਓ ਇਕੱਲੀ, ਜਿਹੜੀ ਜਿਵੇਂ ਤੁਹਾਨੂੰ ਦੱਸ ਰਿਹਾ ਇਹ ਯਾਦ ਕਰਨ ਦੀ ਲੋੜ ਨਹੀਂ, ਬਸ ਇੱਕ ਸਮਝ ਲਓ ਕਿ BPN ਕੀ ਹੁੰਦਾ। BPN ਇਹ ਹੁੰਦਾ ਕਿ ਮੰਨ ਲਓ ਮੈਂ ਪਬਜੀ ਗੇਮ ਬੰਦ ਕਰਤੀ ਸੀ, ਇਹਨਾਂ ਨੇ ਪਬਜੀ ਗੇਮ ਬੰਦ ਕਰਤੀ ਸੀ, ਤਾਂ ਉਹ ਗੇਮ ਸੀ ਜਿਹੜੀ ਉਹ ਇੰਡੀਆ ਦੇ ਵਿੱਚ ਬੰਦ ਕੀਤੀ ਸੀ, ਤਾਂ BPN ਦੁਆਰਾ ਆਪਾਂ ਆਪਦੀ ਲੋਕੇਸ਼ਨ ਕਿਤੋਂ ਹੋਰ ਦੀ ਸ਼ੋਅ ਕਰ ਸਕਦੇ ਹਾਂ, ਕਿ ਮੈਂ ਆਸਟ੍ਰੇਲੀਆ ਬੈਠਾ ਜੀ, ਮੈਂ ਕੈਨੇਡਾ ਬੈਠਾ ਗਾ, ਉਸ ਤਰ੍ਹਾਂ ਕੰਡੀਸ਼ਨ ਸ਼ੋਅ ਹੋ ਜਾਂਦੀ ਹੈ ਆਪਦੀ, ਅਤੇ ਉਹ ਗੇਮ ਚੱਲ ਪਾਉਂਦੀ ਹੁੰਦੀ ਹੈ, ਠੀਕ ਹੈ। ਅਤੇ ਇਸ ਤੋਂ ਬਾਅਦ ਸੈਨ, ਸਟੋਰੇਜ ਏਰੀਆ ਨੈਟਵਰਕ, ਇਹ ਕੋਈ ਯਾਦ ਕਰਨ ਦੀ ਜ਼ਿਆਦਾ ਚੀਜ਼ ਨਹੀਂ, ਨਹੀਂ ਸਮਝ ਨਹੀਂ ਲੈਣਾ, ਬਸ 30 ਦਾ ਨਾਂ ਹੀ ਯਾਦ ਕਰ ਲਓ, ਓਕੇ। ਅਤੇ ਇੱਕ ਵਾਰੀ ਭਈ ਆ ਸਾਰਾ ਦੇਖ ਲਓ, PDF ਤੁਹਾਨੂੰ ਇਹਦਾ ਮਿਲ ਜੂਗਾ, ਦੱਸੋ ਪਤਾ ਕੀ ਚੱਕਰ ਹੁੰਦੀ, ਬੱਚੋ ਪਹਿਲਾਂ ਤੁਸੀਂ ਵੀਡੀਓ ਧਿਆਨ ਨਾਲ ਦੇਖਿਆ ਕਰੋ, ਮੁਰਗਦੀਆਂ ਚੀਜ਼ਾਂ ਮਿਸ ਹੋ ਜਾਣਗੀਆਂ, ਫਿਰ ਤੁਸੀਂ ਕਹਿਣਾ ਕਿ ਸਰ ਸਾਨੂੰ ਪਤਾ ਨਹੀਂ ਲੱਗਿਆ ਪੇਪਰ ਬਾਹਰੋਂ ਆ ਗਿਆ, ਤਾਂ ਕਰਕੇ ਵੀਡੀਓ ਜ਼ਰੂਰ ਦੇਖਿਆ ਕਰੋ ਪਹਿਲਾਂ, ਠੀਕ ਹੈ। PDF ਦਾ ਤੁਹਾਨੂੰ ਮਿਲ ਹੀ ਜਾਣਾ ਹੁੰਦਾ, PDF ਮੈਂ ਕਰਨ ਲੱਗੀ, ਮੇਰੇ ਕੋਈ ਇਸ ਕੰਮ ਦੀ ਚੀਜ਼ ਨਹੀਂ ਹੈਗੀ PDF। ਦੂਸਰੀ ਗੱਲ ਨੈਟਵਰਕ, ਤੁਹਾਨੂੰ ਦੱਸਿਆ ਕਿ ਨੈਟਵਰਕ ਕੀ ਹੁੰਦਾ ਭਾਈ, ਨੈਟਵਰਕ ਉਹ ਹੀ ਦੱਸਤਾ ਕਿ ਜਿਵੇਂ ਆਹ ਕੰਪਿਊਟਰ ਹੈ, ਇਹਦੇ ਚੀਜ਼ਾਂ ਅਟੈਚ ਹੋ ਜਾਂਦੀਆਂ ਹੈਗੀਆਂ ਨਾਲ, ਠੀਕ ਹੈ, ਬਸ ਇੱਕ ਦੂਜੇ ਨਾਲ ਇੱਕ ਸੰਚਾਰ ਜਾਂ ਬਣ ਜਾਂਦਾ, ਉਹਨੂੰ ਆਪਾਂ ਨੈਟਵਰਕ ਕਹਿ ਦਿੰਦੇ ਹਾਂ, ਠੀਕ ਹੈ। ਜਦੋਂ ਆਪਾਂ ਕਿਸੇ ਵੱਧ ਤੋਂ ਵੱਧ ਟ੍ਰਾਂਸਮਿਸ਼ਨ ਹੁੰਦੀ ਹੈ ਉਹਨੂੰ ਯੂਨੀਕਾਸਟ ਕਰਕੇ, ਮੇਰੇ ਪ੍ਰਸ਼ਨ ਆਇਆ ਵਾ ਇੱਕ ਕਿ ਯੂਨੀਕਾਸਟ ਕਿਸ ਨੂੰ ਕਿਹਾ ਜਾਂਦਾ ਹੈਗਾ, ਯੂਨੀਕਾਸਟ ਕਿਸ ਨੂੰ ਕਿਹਾ ਜਾਂਦਾ ਹੈਗਾ, ਯੂਨੀਕਾਸਟ ਬੱਚੇ ਉਹ ਚੀਜ਼ ਨੂੰ ਕਿਹਾ ਜਾਂਦਾ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ 1-to-1 ਟ੍ਰਾਂਸਮਿਸ਼ਨ ਹੁੰਦੀ ਹੈ, ਠੀਕ ਹੈ। ਇੱਕ ਚੀਜ਼ ਤੋਂ ਕਿਸੇ ਦੂਸਰੀ ਚੀਜ਼ ਦੇ ਵਿੱਚ ਆਪਾਂ ਟ੍ਰਾਂਸਮਿਸ਼ਨ ਕਰਨੀ ਹੈ ਉਹਨੂੰ ਆਪਾਂ ਯੂਨੀਕਾਸਟ ਕਹਿ ਦਿੰਦੇ ਹਾਂ। ਬਾਕੀ ਆਪਾਂ ਡਿਟੇਲ ਦੇ ਵਿੱਚ MCU ਕਰਾਂਗੇ, ਆਪਾਂ ਨੂੰ ਸਾਰੀਆਂ ਚੀਜ਼ਾਂ ਪਤਾ ਲੱਗ ਜਾਣੀਆਂ, ਇੱਕ ਵਾਰ ਤੁਸੀਂ ਥਿਊਰੀ ਕਵਰ ਕਰੋ, ਠੀਕ ਹੈ। ਅਤੇ ਦੂਸਰੀ ਗੱਲ ਭਾਈ, ਮੈਂ ਇਹ ਸੋਚਿਆ ਕਿ ਜੋਗ੍ਰਾਫੀ ਹੈ ਜਿਹੜੀ ਆਪਣੀ, ਹੈ ਨਾ, ਜੋਗ੍ਰਾਫੀ ਉਹਦੀ ਮੈਂ ਤੁਹਾਨੂੰ ਥਿਊਰੀ ਨਹੀਂ ਕਰਵਾਉਂਦਾ, ਡਾਇਰੈਕਟ ਤੁਹਾਨੂੰ MCU ਕਰਵਾ ਦਾਂ ਡਿਟੇਲ ਦੇ ਵਿੱਚ, ਇਹ ਤੁਸੀਂ ਦੱਸਿਓ ਮੈਨੂੰ, ਮੈਂ ਤੁਹਾਨੂੰ ਕਹੂੰਗੀ ਥਿਊਰੀ ਐਂ ਬੱਚੋ, ਧਿਆਨ ਨਾਲ ਦੇਖੋ, ਆਪਾਂ ਨਾ ਸਿਲੇਬਸ ਡਿਸਕਸ ਕਰਾਂਗੇ ਯਾਰ ਅੱਜ, ਉਹਦੇ 'ਚ ਤੁਸੀਂ ਮੈਨੂੰ ਰਾਏ ਦਿਓ, ਕਿਉਂਕਿ ਇਹ ਕੰਪਿਊਟਰ ਲੈਕਚਰ 'ਚ ਸੈਟਿੰਗ ਨਹੀਂ ਹੋਣੀ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਕੱਲ੍ਹ ਤੱਕ ਜਾਂ ਸ਼ਾਮ ਤੱਕ ਮੈਂ ਤੁਹਾਨੂੰ ਵੀਡੀਓ ਅਪਲੋਡ ਕਰਦਾ, ਅਤੇ ਤੁਸੀਂ ਯਾਰ ਕਮੈਂਟ ਦੱਸੋ ਤਾਂ ਆਪਾਂ ਤੁਹਾਡੀ ਰਾਏ ਨਾਲ ਹੀ ਚੱਲਾਂਗੇ, ਅਤੇ ਆਹ ਲੈਕਚਰ ਭਾਈ ਲਾ ਲਿਓ, ਜਾਉਂਦੇ ਬਾਅਦ ਦੇ ਦੋਸਤੋ ਦੀ ਵੀਡੀਓ ਲਾਈਕ ਕਰ।